ਸ਼ੁਰੂ ਕਰਦੇ ਹਾਂ ਉਸ ਦੋ ਜਹਾਨ ਦੇ ਪਾਲਣਹਾਰ ਦਾ ਨਾਮ ਲੈ ਕੇ ਜੋ ਸਭ 'ਤੇ ਬਹੁਤ ਹੀ ਰਹਿਮਤਾਂ ਔਰ ਬਖਸ਼ੀਆਂ ਕਰਨ ਵਾਲਾ ਹੈ। ਅੱਜ ਜਿਸ ਤਰ੍ਹਾਂ ਅਸੀਂ ਦੱਸਿਆ ਕਿ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੜਾ ਖੁਸ਼ੀਆਂ ਦਾ ਦਿਨ ਹੈ ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਜ ਮਹਾਨ ਪਵਿੱਤਰ ਪ੍ਰਗਟ ਦਿਵਸ ਪੂਰੇ ਸੰਸਾਰ 'ਚ ਬੜੀ ਧੂਮਧਾਮ ਨਾਲ ਮਨਾਏ ਜਾ ਰਹੇ ਹੈ। ਔਰ ਅੱਜ ਇਹ ਖੁਸ਼ੀਆਂ ਭਰੇ ਦਿਨ 'ਤੇ ਜੇ ਸਾਨੂੰ ਇਸ ਸਤਸੰਗ 'ਚ ਬੈਠਣ ਦਾ ਮੌਕਾ ਮਿਲਿਆ ਹੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਵਾਰ ਫਿਰ ਗੁਰੂਆਂ ਦੇ ਇਸ ਮਹਾਨ ਪਵਿੱਤਰ ਪ੍ਰਗਟ ਦਿਵਸ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੇਵਾਂਗੇ, ਮੁਬਾਰਕਬਾਦ ਦੇਵਾਂਗੇ। ਔਰ ਅੱਜ ਦੇ ਸਤਸੰਗ ਦੀ ਸ਼ੁਰੂਆਤ ਅਸੀਂ ਉਹਨਾਂ ਦੇ ਜੀਵਨ ਦੇ ਵਿੱਚ ਕੁਛ ਗੁਰੂਆਂ ਰਹਿਬਰਾਂ ਦੇ ਐਸੇ ਸ਼ਬਦ ਹੁੰਦੇ ਹੈ, ਕੁਛ ਐਸੇ ਬਚਨ ਹੁੰਦੇ ਹੈ ਕਿ ਅਗਰ ਅਸੀਂ ਉਹਨਾਂ ਵਚਨਾਂ ਨੂੰ ਸਮਝ ਲਈਏ ਜਾਂ ਉਹਨਾਂ ਵਚਨਾਂ ਨੂੰ ਸੁਣ ਕੇ ਉਸ 'ਤੇ ਅਮਲ ਕਰੀਏ ਤਾਂ ਸਾਡੀ ਜ਼ਿੰਦਗੀ 'ਚ ਵੀ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਔਰ ਇੱਦਾਂ ਦੇ ਹੀ ਕੁਛ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੇ ਪਿਆਰੇ ਪਿਆਰੇ ਬਚਨ ਜੋ ਆਪਣੇ ਮੁਖਾਰਬਿੰਦ ਤੋਂ ਉਹ ਆਪਣੇ ਪਿਆਰਿਆਂ ਨੂੰ ਇਸ਼ਾਰਾ ਕਰਦੇ ਸੀ, ਅੱਜ ਅਸੀਂ ਉਹਨਾਂ ਤੋਂ ਇੱਕ ਸ਼ੁਰੂਆਤ ਕਰਾਂਗੇ। ਇਹ ਸਭ ਤੋਂ ਪਹਿਲਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਖੋ ਇੱਕ ਲਾਈਨ ਬੜੀ ਪਿਆਰੀ ਕਹੀ ਹੈ ਕਿ ਈਸ਼ਵਰ ਨੇ ਹਮੇ, ਈਸ਼ਵਰ ਜਾਨੀ ਉਹ ਪਰਮਾਤਮਾ, ਉਹ ਪ੍ਰਭੂ, ਕਿਉਂਕਿ ਸੰਤਾਂ ਮਹਾਤਮਾ ਦੇ ਕੁਛ ਬਚਨ ਹੁੰਦੇ ਆ ਜਿਹਨਾਂ ਨੂੰ ਅਸੀਂ ਇੰਗਲਿਸ਼ ਵਿੱਚ ਕੋਟ ਕਹਿ ਦਿੰਦੇ ਹਾਂ, ਕੋਟਸ, ਯਾਨੀ ਉਹਨਾਂ ਦੀਆਂ ਕੁਛ ਲਾਈਨਾਂ, ਕਿ ਉਹ ਛੋਟੀਆਂ ਜਿਹੀਆਂ ਲਾਈਨਾਂ ਹੀ ਅਗਰ ਅਸੀਂ ਸਮਝ ਲਈਏ ਤਾਂ ਛੋਟੀ ਜਿਹੀ ਲਾਈਨ ਹੀ ਸਾਡੀ ਜ਼ਿੰਦਗੀ ਨੂੰ ਕਹਿ ਦਿਓ ਬਦਲ ਦਿੰਦੀ ਹੈ, ਕਿਉਂਕਿ ਇੱਕ ਲਾਈਨ ਹੀ ਤਾਂ ਹੁੰਦੀ ਹੈ। ਜ਼ਰਾ ਗੌਰ ਕਰਨਾ, ਹੋਸਪਿਟਲ ਵਿੱਚ ਬੰਦਾ ਐਡਮਿਟ ਹੁੰਦਾ ਨਾ ਤਾਂ ਤੁਸੀਂ ਦੇਖ ਦਿਓ ਮੋਨੀਟਰ 'ਤੇ ਲਾਈਨਾਂ ਹੀ ਚੱਲਦੀਆਂ ਹੁੰਦੀਆਂ ਹੈ, ਲਾਈਨਾਂ ਚੱਲਦੀਆਂ ਕਿ ਨਹੀਂ, ਤਾਂ ਅਗਰ ਉਹ ਲਾਈਨ ਇੱਦਾਂ ਆ ਤਾਂ ਫਿਰ ਤਾਂ ਮਤਲਬ ਜ਼ਿੰਦਗੀ ਹੈ, ਤਾਂ ਜੇ ਲਾਈਨ ਸਿੱਧੀ ਹੋ ਜਾਵੇ ਤਾਂ ਫਿਰ ਕੀ ਹੈ, ਫਿਰ ਕੀ ਹੁੰਦਾ ਹੈ, ਫਿਰ ਕਹਿੰਦੇ ਬੰਦਾ ਡੈਡ, ਬੰਦਾ ਖਤਮ। ਅੱਜ ਬੰਦਾ ਵੀ ਕਈ ਵਾਰ ਕਹਿ ਦਿੰਦਾ ਹੈ ਇਹ ਪਰਮਾਤਮਾ ਮੇਰੇ ਜੀਵਨ 'ਚ ਕੋਈ ਪਰੇਸ਼ਾਨੀ ਨਾ ਹੋਵੇ, ਮੇਰਾ ਜੀਵਨ ਦਾ ਰਸਤਾ ਸਿੱਧਾ ਹੀ ਹੋਵੇ, ਉਹ ਭਾਈ ਸਿੱਧਾ ਹੀ ਨਾ ਮੰਗ, ਕਿਉਂਕਿ ਸਿੱਧੀ ਲਾਈਨ ਹਮੇਸ਼ਾ ਮੌਤ ਹੱਲ ਲੈ ਕੇ ਜਾਂਦੀ ਹੈ, ਕਿਉਂਕਿ ਜਿਹੜਾ ਮਰ ਗਿਆ ਤੇ ਉਹਦੀ ਜ਼ਿੰਦਗੀ ਸਿੱਧੀ ਆ, ਕੋਈ ਟੈਨਸ਼ਨ ਨਹੀਂ। ਪਰ ਜਦ ਤੱਕ ਜੀਵਨ ਹੈ ਤਾਂ ਜੀਵਨ ਦਾ ਦਸਤੂਰ ਹੈ ਕਿ ਇੱਥੇ ਉਤਾਰ ਚੜਾਵ, ਉਤਾਰ ਚੜਾਵ, ਉਤਾਰ ਚੜਾਵ ਚੱਲਦੇ ਰਹਿਣੇ, ਕਿਉਂਕਿ ਜ਼ਿੰਦਗੀ ਦੀ ਨਿਸ਼ਾਨੀ ਹੈ। ਔਰ ਇਹੀ ਚੀਜ਼ਾਂ ਸਾਨੂੰ ਗੁਰੂ ਰਹਿਬਰ ਦੱਸਦੇ ਹੈ ਕਿ ਜ਼ਿੰਦਗੀ 'ਚ ਉਤਾਰ ਚੜਾਵ ਕਿਸੇ ਵੇਲੇ ਵੀ ਆ ਸਕਦਾ ਹੈ। ਤੂੰ ਇਹ ਨਾ ਪਰਮਾਤਮਾ ਨੂੰ ਕਹਿ ਕਿ ਮੇਰਾ ਜੀਵਨ ਦਾ ਰਸਤਾ ਸਿੱਧਾ ਹੋਵੇ, ਬਲਕਿ ਇਹ ਕਹਿ ਕਿ ਇਹ ਮੇਰੇ ਮਾਲਿਕ ਮੈਨੂੰ ਇੰਨੀ ਤਾਕਤ ਦੇ, ਮੈਨੂੰ ਇੰਨਾ ਮਜ਼ਬੂਤ ਬਣਾ, ਮੈਨੂੰ ਇੰਨਾ ਸਟਰੋਂਗ ਕਰ ਦੇ ਕਿ ਮੇਰੇ ਜੀਵਨ ਦੇ ਹਰ ਹਾਲਾਤ ਦਾ ਸਾਹਮਣਾ ਮੈਂ ਖੁਸ਼ੀ ਨਾਲ ਕਰ ਸਕਾਂ। ਆਪਣੇ ਆਪ ਨੂੰ ਐਸਾ ਬਣਾ ਸਕਦੇ ਹਾਂ ਅਸੀਂ ਕਿ ਅਗਰ ਸਾਡੇ ਜੀਵਨ 'ਚ ਕੋਈ ਨਦੀ ਵੀ ਆ ਜਾਵੇ ਨਾ, ਨਦੀ, ਕਿਉਂਕਿ ਕਈ ਵਾਰ ਹੁੰਦਾ ਹੈ ਕਈ ਇਨਸਾਨ ਨਦੀਆਂ ਤੋਂ ਡਰ ਕੇ ਕਿਨਾਰੇ ਬੈਠੇ ਰੋਂਦੇ ਹੈ, ਕਿਸਮਤ ਨੂੰ ਕੋਸਦੇ ਆ ਕਿ ਕਿਹੜੀ ਪ੍ਰੋਬਲਮ, ਕਿਹੜੀ ਮੁਸ਼ਕਿਲ ਮੇਰੇ ਰਸਤੇ 'ਚ ਆ ਗਈ। ਉਹ ਤਾਂ ਕੋਸਦਿਆਂ ਹੋਇਆਂ ਕਿਸਮਤ ਨੂੰ, ਕੋਸਦਿਆਂ ਹੋਇਆਂ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਦੁੱਖਾਂ 'ਚ ਹੀ ਗੁਜ਼ਾਰ ਦਿੰਦੇ ਹੈ। ਪਰ ਜਿਹੜੇ ਸਮਝਦਾਰ ਹੁੰਦੇ ਆ, ਹੋਣਹਾਰ ਹੁੰਦੇ ਆ, ਜਿਹਨਾਂ ਦੇ ਸਿਰ 'ਤੇ ਗੁਰੂ ਦਾ ਹੱਥ ਹੁੰਦਾ ਹੈ, ਉਹ ਕਹਿੰਦੇ ਕੋਈ ਨਹੀਂ, ਜੇ ਮੁਸ਼ਕਿਲਾਂ ਦੀ ਨਦੀ ਆਈ ਹੈ ਤਾਂ ਮੇਰੇ ਗੁਰੂ ਨੇ ਮੈਨੂੰ ਤੈਰਨ ਦੀ ਕਲਾ ਵੀ ਸਿਖਾਈ ਹੈ, ਟੈਨਸ਼ਨ ਕਾਹਦੀ, ਚਿੰਤਾ ਕਾਹਦੀ। ਉਹ ਆਪਣੇ ਗੁਰੂ ਦੇ ਭਰੋਸੇ ਮੁਸ਼ਕਿਲਾਂ ਦੀ ਨਦੀ ਵਿੱਚੋਂ ਵੀ ਤੈਰ ਕੇ ਪਾਰ, ਕਿਉਂਕਿ ਜਿਹਨਾਂ ਨੇ ਤੈਰਨ ਦੀ ਕਲਾ ਸਿੱਖ ਲਈ ਫਿਰ ਉਹਨਾਂ ਨੂੰ ਕੋਈ ਨਦੀ ਰੋਕ, ਜਵਾਬ ਦੇ ਦਿਓ, ਤਾਂ ਹੀ ਕਿਹਾ ਸਤਸੰਗ ਕਰਨਾ ਹੈ ਤਾਂ ਮਤਲਬ ਜਵਾਬ ਦੇਣਾ ਹੈ। ਹੁਣ ਜਿਹੜੇ ਗੁਰੂ ਰਹਿਬਰਾਂ ਦੇ ਚਰਨਾਂ 'ਚ ਬਹਿ ਕੇ ਜ਼ਿੰਦਗੀ ਨੂੰ ਜੀਣ ਦੀ ਕਲਾ ਸਿੱਖ ਲੈਂਦੇ ਹੈ ਕਿ ਜ਼ਿੰਦਗੀ ਨੂੰ ਕਿੱਦਾਂ ਜੀਆ ਜਾਂਦਾ ਹੈ, ਜ਼ਿੰਦਗੀ ਦੇ ਵਿੱਚ ਮੁਸ਼ਕਿਲ ਆਵੇ, ਪ੍ਰੋਬਲਮ ਆਵੇ, ਪਰੇਸ਼ਾਨੀ ਆਵੇ, ਕਿਸੇ ਕਿਸਮ ਦੇ ਵੀ ਹਾਲਾਤ ਹੋਣ, ਅਗਰ ਅਸੀਂ ਜ਼ਿੰਦਗੀ ਨੂੰ ਜੀਣ ਦੀ ਕਲਾ ਸਿੱਖ ਲਈਏ ਤਾਂ ਫਿਰ ਕੋਈ ਹਾਲਾਤ ਸਾਨੂੰ ਡਰਾ ਨਹੀਂ ਸਕਦਾ, ਕੋਈ ਮੁਸ਼ਕਿਲ ਸਾਨੂੰ ਹਰਾ, ਕਿਉਂਕਿ ਸਾਡੇ ਸਤਿਗੁਰ ਨੇ ਫਿਰ ਸਾਨੂੰ ਸਿਖਾਇਆ ਹੈ ਕਿ ਹਰ ਮੁਸ਼ਕਿਲ ਦਾ ਸਾਹਮਣਾ ਅਸੀਂ ਕਿਸ ਤਰ੍ਹਾਂ ਕਰਨਾ ਹੈ।
ਜਿਹਦਾ ਕਿ ਯੋਧਾ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਨਾ। ਹੁਣ ਤੁਸੀਂ ਦੇਖਦੇ ਹੋ ਕੋਈ ਆਰਮੀ ਦੇ ਵਿੱਚ ਭਰਤੀ ਹੁੰਦਾ ਹੈ ਤਾਂ ਹੁਣ ਜ਼ਰਾ ਸੋਚੋ, ਪੁੱਛੋ ਉਹਨਾਂ ਨੌਜਵਾਨਾਂ ਨੂੰ ਜਿਹੜੇ ਆਰਮੀ ਵਿੱਚ ਜਾ ਕੇ ਭਰਤੀ ਹੁੰਦੇ ਹੈ, ਕਿ ਉਹਨਾਂ ਨੂੰ ਸਿੱਧਾ ਹੀ ਬੰਦੂਕ ਦੇ ਕੇ ਬਾਰਡਰ 'ਤੇ ਨਹੀਂ ਖੜਾ ਕੀਤਾ ਜਾਂਦਾ। ਪਹਿਲਾਂ ਉਹਨਾਂ ਨੂੰ ਕਿੰਨੇ ਮਹੀਨੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਦਿੱਤੀ ਜਾਂਦੀ ਹੈ ਕਿ ਨਹੀਂ? ਬੰਦੂਕ ਫੜਨ ਦੀ ਟ੍ਰੇਨਿੰਗ, ਗੋਲੀ ਚਲਾਉਣ ਦੀ ਟ੍ਰੇਨਿੰਗ, ਦੁਸ਼ਮਣ 'ਤੇ ਨਿਸ਼ਾਨਾ ਮਾਰਨ ਦੀ ਟ੍ਰੇਨਿੰਗ, ਜਾਂ ਹਰ ਤਰ੍ਹਾਂ ਦੇ ਹਾਲਾਤ ਵਿੱਚ ਰਹਿਣ ਦੀ ਟ੍ਰੇਨਿੰਗ? ਕਿਉਂਕਿ ਉਹ ਟ੍ਰੇਨਿੰਗ ਦੇਣ ਤੋਂ ਬਾਅਦ ਹੀ ਫਿਰ ਉਹਨਾਂ ਦੇ ਅੰਦਰੋਂ ਹਿੰਮਤ ਤੋਂ ਹੌਸਲਾ ਪੈਦਾ ਹੁੰਦਾ ਹੈ ਕਿ ਫਿਰ ਉਹ ਬਾਰਡਰਾਂ 'ਤੇ ਜਾ ਕੇ ਦਿਨ ਰਾਤ ਆਪਣੀ ਡਿਊਟੀ ਦਿੰਦੇ ਆ ਬਿਨਾਂ ਕਿਸੇ ਡਰ ਤੋਂ, ਦਿੰਦੇ ਆ ਕਿ ਨਹੀਂ? ਤਾਂ ਜੇ ਕਿਸੇ ਆਮ ਨੋਰਮਲ ਇਨਸਾਨ ਨੂੰ ਕਹਿਤਾ ਜਾਵੇ ਭਾਈ ਬਾਰਡਰ 'ਤੇ ਬਹਿ ਕੇ ਤੂੰ ਕਰਨਾ, ਤਾਂ ਉਹਦੀ ਤਾਂ ਰਾਤ ਦਿਨ ਉੱਦਾਂ ਹੀ ਡਰ ਦੇ ਨਾਲ ਕੰਬ ਕੰਬ ਕੇ ਸ਼ਾਇਦ ਜਾਨ ਹੀ ਨਿਕਲ ਜਾਵੇ ਕਿ ਹਾਏ ਮੈਂ ਮਰ ਜਾਣਾ ਜੇ ਕੋਈ ਦੁਸ਼ਮਣ ਆ ਗਿਆ ਤਾਂ। ਕਿਉਂਕਿ ਕਹਿਣ ਦਾ ਮਤਲਬ ਕੀ ਹੈ, ਇਨਸਾਨ ਉਹੀ ਹੈ, ਇੱਕ ਨੋਰਮਲ ਇਨਸਾਨ ਨੂੰ ਉੱਥੇ ਖੜਾ ਕਰ ਦਿੱਤਾ ਜਾਵੇ ਤਾਂ ਲੱਤਾਂ ਕੰਬਣਗੀਆਂ, ਇੱਕ ਫੌਜੀ ਨੂੰ ਖੜਾ ਕੀਤਾ ਜਾਵੇ ਜਿਹਨੂੰ ਟ੍ਰੇਨਿੰਗ ਮਿਲੀ ਹੈ ਤਾਂ ਉਹ ਸ਼ਾਨ ਦੇ ਨਾਲ ਖੜਾ ਹੋਏਗਾ, ਪੂਰੀ ਜਾਨ ਦੇ ਨਾਲ ਖੜਾ ਹੋਏਗਾ। ਫਰਕ ਕੀ ਹੈ, ਉਹ ਵੀ ਇਨਸਾਨ ਹੈ, ਇਹ ਵੀ ਇਨਸਾਨ ਹੈ, ਫਰਕ ਕੀ ਹੈ? ਫਰਕ ਹੈ ਸਿਰਫ ਟ੍ਰੇਨਿੰਗ ਦਾ। ਇਹਦਾ ਮਤਲਬ ਕੀ ਹੈ ਕਿ ਅਸੀਂ ਚਾਹੇ ਜੈਸੇ ਮਰਜ਼ੀ ਹੋਈਏ, ਅਗਰ ਸਾਨੂੰ ਜ਼ਿੰਦਗੀ ਨੂੰ ਜੀਣ ਦੀ ਸਹੀ ਕਲਾ ਮਿਲ ਜਾਵੇ, ਜ਼ਿੰਦਗੀ ਨੂੰ ਜੀਣ ਦਾ ਸਹੀ ਢੰਗ ਮਿਲ ਜਾਵੇ, ਸਹੀ ਟ੍ਰੇਨਿੰਗ ਮਿਲ ਜਾਵੇ, ਤਾਂ ਅਸੀਂ ਵੀ ਇੰਨੇ ਮਜ਼ਬੂਤ ਹੋ ਸਕਦੇ ਹਾਂ ਕਿ ਫਿਰ ਕੋਈ ਦੁਸ਼ਮਣ, ਦੁਸ਼ਮਣ ਦਾ ਮਤਲਬ ਇਹ ਨਹੀਂ ਕਿ ਬਾਹਰ ਦੀ ਗੱਲ ਕਰ ਰਹੇ ਹਾਂ ਅਸੀਂ ਕਿ ਬੰਦਾ ਕਹਿੰਦਾ ਉਹ ਫਲਾਨਾ ਆਦਮੀ, ਫਲਾਨਾ ਬੰਦਾ ਮੇਰਾ ਦੁਸ਼ਮਣ, ਨਹੀਂ। ਦੁਸ਼ਮਣ ਦਾ ਮਤਲਬ ਹੈ ਫਿਰ ਕੋਈ ਬੁਰਾਈ, ਕੋਈ ਹਾਲਾਤ, ਕੋਈ ਬੁਰੀ ਆਦਤ, ਜਾਂ ਕਹਿ ਲਓ ਕਿ ਜੀਵਨ ਦੀਆਂ ਕੋਈ ਮੁਸ਼ਕਿਲਾਂ ਰੂਪੀ ਦੁਸ਼ਮਣ ਵੀ ਸਾਡੇ ਸਾਹਮਣੇ ਆ ਜਾਵੇ, ਜਦੋਂ ਸਾਨੂੰ ਟ੍ਰੇਨਿੰਗ ਮਿਲ ਜਾਂਦੀ ਤਾਂ ਅਸੀਂ ਉਹਦਾ ਸਾਹਮਣਾ ਬੜੀ ਆਸਾਨੀ ਨਾਲ ਕਰ ਲੈਂਦੇ ਹਾਂ। ਇਸ ਲਈ ਅਸੀਂ ਕਈ ਵਾਰ ਕਹੀਦਾ ਹੈ ਕਿ ਪਰਮਾਤਮਾ ਨੇ ਸਾਨੂੰ ਕਮਜ਼ੋਰ ਨਹੀਂ ਬਣਾਇਆ, ਕਿਉਂਕਿ ਜੇ ਪਰਮਾਤਮਾ ਸਰਵ ਸ਼ਕਤੀਸ਼ਾਲੀ ਹੈ ਔਰ ਉਸਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਇਹਦਾ ਮਤਲਬ ਹੈ ਕਿ ਸਾਡੇ ਅੰਦਰ ਵੀ ਉਹਦੀਆਂ ਸ਼ਕਤੀਆਂ ਹੈ। ਬਸ ਉਹਨਾਂ ਸ਼ਕਤੀਆਂ ਨੂੰ ਸਮਝਣਾ ਪੈਂਦਾ ਹੈ, ਉਹਨਾਂ ਸ਼ਕਤੀਆਂ ਨੂੰ ਜਾਣਨਾ ਪੈਂਦਾ ਹੈ ਕਿ ਕਿਸ ਤਰ੍ਹਾਂ ਉਹਨੂੰ ਸਮਝ ਕੇ ਅਸੀਂ ਉਹਦਾ ਲਾਭ ਲੈ ਸਕਦੇ ਹਾਂ। ਔਰ ਜਿਹੜਾ ਉਸ ਲਾਭ ਨੂੰ ਲੈਣ ਦੀ ਕਲਾ ਸਿੱਖ ਜਾਂਦਾ ਹੈ ਫਿਰ ਉਹ ਪ੍ਰਵਾਹ ਨਹੀਂ ਕਰਦਾ। ਉਹ ਕਹਿੰਦੇ ਜਦ ਹੈ ਉਹਦਾ ਹੱਥ ਮੇਰੇ ਸਿਰ 'ਤੇ ਹੈ, ਜਦੋਂ ਮੇਰੇ ਨਾਲ ਹੈ ਤਾਂ ਫਿਰ ਮੈਨੂੰ ਕੋਈ ਫਿਕਰ ਨਹੀਂ, ਕੋਈ ਪ੍ਰਵਾਹ ਨਹੀਂ। ਇਸ ਲਈ ਇੱਥੇ ਇਹੀ ਗੱਲ ਅਸੀਂ ਕਹਿਣੀ ਚਾਹਾਂਗੇ ਕਿ ਗੁਰੂਆਂ ਰਹਿਬਰਾਂ ਦੇ ਬਚਨਾਂ ਨੂੰ ਸੁਣ ਕੇ ਹੀ, ਉਹਨਾਂ ਦੀ ਸੋਭਤ ਕਰਕੇ ਹੀ ਸਾਨੂੰ ਜ਼ਿੰਦਗੀ ਜੀਣ ਦੀ ਕਲਾ ਆਉਂਦੀ ਹੈ। ਹੁਣ ਇਹਨੂੰ ਇੱਦਾਂ ਹੀ ਸਮਝ ਲਓ ਜਿੱਦਾਂ ਆਪਾਂ ਆਰਮੀ ਦੀ ਟ੍ਰੇਨਿੰਗ ਦੀ ਗੱਲ ਕੀਤੀ ਕਿ ਜਿਹੜੇ ਨੌਜਵਾਨ ਨਵੇਂ ਭਰਤੀ ਹੁੰਦੇ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਕੌਣ ਹੈ? ਕੋਈ ਆਸਮਾਨ ਤੋਂ ਫਰਿਸ਼ਤਾ ਉੱਤਰ ਕੇ ਨਹੀਂ ਆਉਂਦਾ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ, ਉਹਨਾਂ ਨੂੰ ਟ੍ਰੇਨਿੰਗ ਕੌਣ ਦਿੰਦਾ? ਜ਼ਰਾ ਆਪ ਹੀ ਜਵਾਬ ਦੇ ਦਿਓ। ਜਿਹੜੇ ਨਵੇਂ ਨੌਜਵਾਨ ਚਾਹੇ ਪੁਲਿਸ ਵਿੱਚ ਜਾਣ, ਚਾਹੇ ਆਰਮੀ 'ਚ ਜਾਣ, ਚਾਹੇ ਕਿਸੇ ਨੇ ਡਾਕਟਰ ਬਣਨਾ ਹੋਵੇ, ਉਹ ਮੈਡੀਕਲ ਕਾਲਜ ਵਿੱਚ ਚਲੇ ਜਾਂਦੇ ਹੈ, ਉੱਥੇ ਸਮਝਾਉਣ ਵਾਲੇ ਕੌਣ ਹੈ? ਇਨਸਾਨ ਹੀ ਹੈ ਨਾ ਅੱਗੇ, ਜ਼ਰਾ ਗੌਰ ਕਰਨਾ ਉਹਨਾਂ ਦੇ ਅੰਦਰ ਇਹ ਉਹ ਹੈ ਅੱਗੇ ਇਨਸਾਨ ਹੀ, ਪਰ ਉਹ ਕਿਉਂ ਸਿਖਾਉਂਦੇ? ਕਿਉਂਕਿ ਪਹਿਲਾਂ ਉਹ ਟ੍ਰੇਨਿੰਗ ਲੈ, ਉਹਨਾਂ ਦੇ ਕੋਲ ਉਹ ਗਿਆਨ ਹੈ, ਉਹ ਸਮਝ ਹੈ। ਹੁਣ ਸਾਨੂੰ ਫਕੀਰਾਂ, ਗੁਰੂਆਂ, ਰਹਿਬਰਾਂ ਦੇ ਕੋਲ ਬੈਠਣ ਨੂੰ ਕਿਉਂ ਕਿਹਾ ਜਾਂਦਾ ਹੈ? ਉਹਨਾਂ ਦੀ ਸੋਭਤ ਵਿੱਚ ਬੈਠਣ ਨੂੰ ਕਿਉਂ ਕਿਹਾ ਜਾਂਦਾ ਹੈ? ਉਹ ਇਸੇ ਲਈ ਕਿਉਂਕਿ ਉਹਨਾਂ ਦੇ ਕੋਲ ਉਹ ਸਮਝ, ਉਹ ਗਿਆਨ ਹੈ ਕਿ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਬਿਹਤਰ ਬਣਾ ਸਕਦੇ ਹਾਂ, ਅਸੀਂ ਆਪਣੇ ਜੀਵਨ ਦੇ ਵਿੱਚ ਛੁਪੇ ਹੋਏ ਖਜ਼ਾਨਿਆਂ ਨੂੰ ਕਿੱਦਾਂ ਪ੍ਰਾਪਤ ਕਰ ਸਕਦੇ ਹਾਂ, ਅਸੀਂ ਆਪਣੀ ਸੋਚ ਨੂੰ ਕਿੱਦਾਂ ਬਦਲ ਸਕਦੇ ਹਾਂ। ਕਿਉਂਕਿ ਅਸੀਂ ਕਈ ਵਾਰ ਦੱਸਦੇ ਹਾਂ ਕਿ ਜਦੋਂ ਸੋਚ ਬਦਲਦੀ ਹੈ ਤਾਂ ਫਿਰ ਹੀ ਇਨਸਾਨ ਦੀ ਜ਼ਿੰਦਗੀ 'ਚ ਬਦਲਾਵ ਆਉਂਦਾ ਹੈ, ਇਹ ਗੱਲ ਯਾਦ ਰੱਖਣਾ। ਇਸ ਲਈ ਕਈ ਵਾਰ ਬੰਦਾ ਕਹਿੰਦਾ ਸੋਚਣਾ ਕੀ ਹੁੰਦਾ, ਅਸੀਂ ਕਹੀ ਦਾ ਸੋਚ ਨਾਲ ਬਹੁਤ ਕੁਛ ਹੁੰਦਾ ਹੈ। ਤੁਸੀਂ ਬੈਠੇ ਬੈਠੇ ਇੱਥੇ ਸੋਚੋ, ਪਲੈਨਿੰਗ ਕਰੋ ਦੋਸਤਾਂ ਦੇ ਨਾਲ ਕਿ ਚਲੋ ਭਾਈ ਅੱਜ ਫਲਾਨੀ ਜਗ੍ਹਾ ਜਾਣਾ ਹੈ,
ਪਰ ਫਿਰ ਕਹਿੰਦੇ ਨਹੀਂ ਚਲੋ ਛੱਡੋ, ਉੱਧਰ ਨਹੀਂ ਜਾਂਦੇ, ਉੱਧਰ ਚਲੇ ਜਾਂਦੇ ਆ। ਸੋਚ ਬਦਲਦੀ ਹੈ ਤਾਂ ਸਾਡੀ ਜ਼ਿੰਦਗੀ ਦੀ ਦਿਸ਼ਾ ਵੀ ਬਦਲ ਜਾਂਦੀ ਹੈ ਕਿ ਨਹੀਂ। ਕਈ ਵਾਰ ਤੁਹਾਡੇ ਨਾਲ ਵੀ ਇੱਦਾਂ ਹੋਇਆ ਹੋਏਗਾ ਕਿ ਬੈਠੇ ਬੈਠੇ ਪਲੈਨਿੰਗ ਹੋਈ ਹੋਏਗੀ, ਅੱਜ ਆਹ ਕੰਮ ਕਰਨਾ, ਫਿਰ ਨਹੀਂ ਚਲੋ ਆਹ ਛੱਡੋ ਆਹ ਕਰ ਲੈਂਦੇ ਹਾਂ। ਯਾਨੀ ਜਿੱਦਾਂ ਹੀ ਸੋਚ ਬਦਲਦੀ ਹੈ ਸਾਡਾ ਕਰਮ ਵੀ ਬਦਲ ਜਾਂਦਾ ਹੈ। ਹੁਣ ਫਰਜ਼ ਕਰੋ ਇੱਕ ਬੰਦਾ ਸੋਚ ਲਵੇ ਅੱਜ ਮੈਂ ਠੇਕੇ ਜਾਣਾ ਹੈ, ਪਰ ਫਿਰ ਬੰਦਾ ਸੋਚੇ ਨਹੀਂ ਯਾਰ ਠੇਕੇ ਜਾ ਕੇ ਦਾਰੂ ਪੀਵਾਂਗੇ ਜ਼ਿੰਦਗੀ ਖਰਾਬ ਹੋਏਗੀ, ਗੁਰਦੇ ਖਰਾਬ ਹੋਣਗੇ, ਲੀਵਰ ਖਰਾਬ ਹੋਏਗਾ, ਪੈਸਾ ਵੀ ਲਾਇਆ ਆਪਣੀ ਸਿਹਤ ਵੀ ਖਰਾਬ ਕੀਤੀ, ਤਾਂ ਫਾਇਦਾ ਕੀ ਹੈ? ਇਸ ਕਰਕੇ ਚਲੋ ਗੁਰੂ ਘਰ 'ਚ ਚੱਲਦੇ ਹਾਂ, ਸਤਸੰਗ 'ਚ ਚੱਲਦੇ ਹਾਂ, ਚਲੋ ਕਿਤੇ ਜਾ ਕੇ ਕੁਝ ਅੱਛਾ ਖਾਂਦੇ ਹਾਂ। ਹੁਣ ਸੋਚ ਬਦਲਦੀ ਹੈ ਤਾਂ ਕਰਮ ਵੀ। ਇਸ ਲਈ ਅੱਜ ਇਨਸਾਨ ਅਗਰ ਇੰਨਾ ਹੀ ਸਮਝ ਲਵੇ ਕਿ ਮੈਂ ਉਸ ਜਗ੍ਹਾ ਬੈਠਣਾ ਸ਼ੁਰੂ ਕਰਾਂ ਜਿੱਥੇ ਮੈਨੂੰ ਚੰਗੀ ਸੋਚ ਮਿਲੇ, ਚੰਗੇ ਵਿਚਾਰ ਮਿਲਣ, ਕਿਉਂਕਿ ਜਦੋਂ ਵਿਚਾਰ ਚੰਗੇ ਹੁੰਦੇ ਆ ਤਾਂ ਜ਼ਿੰਦਗੀ ਆਪਣੇ ਆਪ ਹੀ ਚੰਗੀ ਹੁੰਦੀ ਚਲੀ ਜਾਂਦੀ ਹੈ। ਜਿੱਦਾਂ ਅਸੀਂ ਇੱਕ ਸਵਾਮੀ ਵਿਵੇਕਾਨੰਦ ਜੀ ਔਰ ਉਹਨਾਂ ਦੇ ਗੁਰੂ ਰਾਮਕ੍ਰਿਸ਼ਨ ਪਰਮਹੰਸ ਜੀ ਦੀ ਇੱਕ ਸਾਖੀ ਸੁਣਾਈ ਦੀ ਹੈ, ਕਹਾਣੀ ਸੁਣਾਈ ਦੀ ਹੈ। ਕਹਿੰਦੇ ਇੱਕ ਦਿਨ ਸਵਾਮੀ ਵਿਵੇਕਾਨੰਦ ਜੀ ਆਪਣੇ ਗੁਰੂ ਦੇ ਨਾਲ ਜਾ ਰਹੇ ਸੀ ਤਾਂ ਜਾਂਦੇ ਜਾਂਦੇ ਕਿੱਥੋਂ ਦੀ ਗੁਜ਼ਰੇ, ਇੱਕ ਮੂਰਤੀਕਾਰ ਇੱਕ ਪੱਥਰ 'ਤੇ ਸੈਣੀ ਥੋੜ੍ਹਾ ਲੈ ਕੇ ਉਹ ਪੱਥਰ ਨੂੰ ਘੜ ਰਿਹਾ ਯਾਨੀ ਉਹ ਪੱਥਰ ਦੀ ਕੋਈ ਮੂਰਤੀ ਬਣਾ ਰਿਹਾ ਹੈ। ਤਾਂ ਕਹਿੰਦੇ ਰਾਮਕ੍ਰਿਸ਼ਨ ਜੀ ਰੁਕੇ ਤਾਂ ਸਵਾਮੀ ਵਿਵੇਕਾਨੰਦ ਜੀ ਵੀ ਨਾਲ ਰੁਕ ਗਏ, ਜਦੋਂ ਗੁਰੂ ਰੁਕੇ ਤਾਂ ਵਿਵੇਕਾਨੰਦ ਜੀ ਵੀ ਰੁਕ ਗਏ। ਤਾਂ ਉਸ ਵੇਲੇ ਉਹਨਾਂ ਨੇ ਵਿਵੇਕਾਨੰਦ ਨੂੰ ਕਿਹਾ, ਜ਼ਰਾ ਦੇਖ ਇਸ ਦੀ ਤਰਫ, ਇਹ ਕਾਰੀਗਰ ਦੀ ਤਰਫ ਦੇਖ, ਇਹ ਕਾਰੀਗਰ ਇੱਕ ਪੱਥਰ 'ਚ ਝਾੜ ਝਾੜ ਕੇ ਉਹਦੀ ਮੂਰਤੀ ਬਣਾ ਰਿਹਾ ਹੈ, ਜ਼ਰਾ ਸਮਝਣਾ। ਕਹਿੰਦੇ ਜਾ ਕੇ ਇਸ ਨੂੰ ਪੁੱਛ ਕਿ ਇਹ ਜਿਹੜੀ ਮੂਰਤੀ ਬਣਾ ਰਹੇ ਉਹਦੀ ਤਸਵੀਰ ਕਿੱਥੇ ਹੈ, ਕਿਉਂਕਿ ਬੰਦਾ ਕੁਛ ਵੀ ਬਣਾਉਂਦਾ ਤਾਂ ਦੇਖ ਕੇ ਬਣਾਉਂਦਾ ਕਿ ਨਹੀਂ। ਹੁਣ ਤੁਹਾਡੇ ਮੋਹਰੇ ਤੁਸੀਂ ਫੁੱਲ ਦੀ ਤਸਵੀਰ ਬਣਾਉਣੀ ਹੋਵੇ, ਕਈ ਵਾਰ ਹੁੰਦਾ ਬੰਦਾ ਕਹਿੰਦਾ ਉਹ ਫੁੱਲ ਲੱਗਾ ਆ, ਮੈਂ ਦੇਖ ਕੇ ਉੱਦਾਂ ਦੀ ਬਣਾਉਣ ਦੀ ਕੋਸ਼ਿਸ਼ ਕਰਨੀ ਹੈ। ਤਾਂ ਜੇ ਫਰਜ਼ ਕਰੋ ਫੁੱਲ ਸਾਹਮਣੇ ਨਹੀਂ ਹੈ ਤਾਂ ਫਿਰ ਤੁਹਾਨੂੰ ਤਸਵੀਰ ਬਣਾਉਣੀ ਪਵੇ, ਤਾਂ ਤੁਸੀਂ ਕਿੱਦਾਂ ਦੀ ਬਣਾਓਗੇ? ਹੁਣ ਜਿੱਦਾਂ ਫਰਜ਼ ਕਰੋ, ਇੱਥੇ ਇੱਕ ਸਵਾਲ ਕਰ ਲਈਗਾ, ਅਗਰ ਤੁਹਾਨੂੰ ਸਾਰਿਆਂ ਨੂੰ ਇੱਕ ਇੱਕ ਕਾਗਜ਼ ਦੇ ਦਈਏ ਅਸੀਂ ਔਰ ਨਾਲ ਨਾਲ ਕੁਛ ਪੈੱਨ ਦੇ ਦਈਏ, ਰੰਗ ਦੇ ਦਈਏ, ਔਰ ਫਿਰ ਤੁਹਾਨੂੰ ਕਹੀਏ ਫੁੱਲ ਦੀ ਤਸਵੀਰ ਬਣਾਓ, ਤਾਂ ਤੁਸੀਂ ਕੀ, ਤੁਹਾਨੂੰ ਕੀ ਲੱਗਦਾ ਤੁਸੀਂ ਸਾਰੇ ਇੱਕੋ ਹੀ ਫੁੱਲ ਦੀ ਤਸਵੀਰ ਬਣਾਓਗੇ? ਕਿਸੇ ਨੇ ਕੋਈ ਹੋਰ ਬਣਾ ਦੇਣੀ ਹੈ, ਕਿਸੇ ਨੇ ਕੋਈ ਹੋਰ ਬਣਾ ਦੇਣੀ ਹੈ। ਹੁਣ ਬਣਨੀ ਕਿਹੜੀ ਹੈ, ਕਾਗਜ਼ 'ਤੇ ਤਸਵੀਰ ਕਿਹੜੀ ਬਣਨੀ ਹੈ, ਜੋ ਤੁਹਾਡੇ ਸੋਚ ਵਿੱਚ ਆਉਣੀ ਹੈ। ਜੇ ਕਿਸੇ ਨੇ ਗੁਲਾਬ ਬਾਰੇ ਸੋਚਿਆ, ਉਹਨੇ ਗੁਲਾਬ ਬਣਾਉਣਾ ਸ਼ੁਰੂ ਕਰ ਦੇਣਾ, ਕਿਸੇ ਨੇ ਕਮਲ ਬਾਰੇ ਸੋਚਿਆ, ਉਹਨੇ ਕਮਲ ਬਣਾਉਣਾ ਸ਼ੁਰੂ ਕਰ ਦੇਣਾ, ਕਿਸੇ ਨੇ ਚੰਪਾ ਚਮੇਲੀ ਯਾਨੀ ਕਈ ਫੁੱਲ ਇੱਦਾਂ ਦੇ ਹੁੰਦੇ ਹੈ ਉਹਨਾਂ ਬਾਰੇ ਸੋਚਿਆ ਤਾਂ ਤਸਵੀਰ ਉੱਦਾਂ ਦੀ ਬਣਨੀ। ਤਾਂ ਇਹਦਾ ਮਤਲਬ ਕੀ ਹੈ ਕਿ ਡਰਾਇੰਗ ਉਹੀ ਬਣਨੀ ਹੈ ਜੋ ਤੁਹਾਡੇ ਦਿਮਾਗ 'ਚ ਤਸਵੀਰ ਸੋਚ ਆਉਣੀ ਹੈ। ਹੁਣ ਇਹੀ ਗੱਲ ਸਵਾਮੀ ਵਿਵੇਕਾਨੰਦ ਜੀ ਨੇ ਕਿਹਾ, ਪੁੱਛ ਇਸ ਕਲਾਕਾਰ ਨੂੰ ਕਿ ਜਿਹੜੀ ਮੂਰਤੀ ਬਣਾ ਰਹੇ ਉਹਦੀ ਤਸਵੀਰ ਕਿੱਥੇ ਹੈ। ਤਾਂ ਉਸ ਵੇਲੇ ਪੁੱਛਿਆ ਜਦੋਂ ਵਿਵੇਕਾਨੰਦ ਜੀ ਨੇ, ਤਾਂ ਉਹਨੇ ਕਿਹਾ, ਜੀ ਇਹ ਮੂਰਤੀ ਜੋ ਮੈਂ ਬਣਾ ਰਿਹਾ ਇਹ ਤਸਵੀਰ ਮੇਰੇ ਦਿਮਾਗ 'ਚ ਹੈ, ਬਸ ਮੈਂ ਅੱਖਾਂ ਬੰਦ ਕਰਦਾ ਦੇਖਦਾ ਤਾਂ ਮੈਂ ਘੜੀ ਜਾਂਦਾ ਹਾਂ। ਜ਼ਰਾ ਸਮਝਣਾ, ਕਹਿੰਦਾ ਮੈਂ ਘੜੀ ਜਾਂਦਾ ਹਾਂ। ਤਾਂ ਜਦੋਂ ਇੰਨੀ ਗੱਲ ਕਹੀ ਵਿਵੇਕਾਨੰਦ ਜੀ ਨੇ ਗੁਰੂ ਨੂੰ ਦੱਸੀ, ਤਾਂ ਗੁਰੂ ਕਹਿੰਦੇ, ਬਸ ਵਿਵੇਕਾਨੰਦ ਇਸ ਘਟਨਾ ਤੋਂ ਇਹ ਗਿਆਨ ਮਿਲਦਾ ਹੈ ਕਿ ਜਿਸ ਤਰ੍ਹਾਂ ਇਹ ਪੱਥਰ ਹੈ, ਜਿੱਦਾਂ ਦੀ ਮੂਰਤੀਕਾਰ ਦੀ ਸੋਚ ਹੈ ਇਸ ਪੱਥਰ 'ਚ ਉੱਦਾਂ ਦੀ ਮੂਰਤੀ ਬਣਦੀ ਚਲੀ ਜਾਣੀ ਹੈ। ਇਸੇ ਤਰ੍ਹਾਂ ਇਹ ਤੇਰਾ ਜੀਵਨ ਵੀ ਇੱਕ ਪੱਥਰ ਦੀ ਤਰ੍ਹਾਂ ਹੈ, ਤੂੰ ਜੈਸੀ ਸੋਚ ਰੱਖਣੀ ਹੈ ਤੇਰੇ ਜੀਵਨ ਦੀ ਮੂਰਤੀ ਵੈਸੀ ਹੀ ਬਣਦੀ ਚਲੀ ਜਾਣੀ ਹੈ। ਇਸ ਲਈ ਸੋਚੋ ਹੁਣ ਤੁਸੀਂ ਕਿੱਦਾਂ ਦੀ ਮੂਰਤੀ ਬਣਾਉਣਾ ਚਾਹੁੰਦੇ ਹੋ। ਇੱਕ ਇਨਸਾਨ ਸੋਚਦਾ ਹੈ, ਹਾਏ ਮੈਨੂੰ ਬੜਾ ਡਰ ਲੱਗਦਾ ਹੈ, ਮੈਨੂੰ ਬੜਾ ਕਹਿ ਦਿਓ, ਤਾਂ ਉਹ ਕਿਹੜੀ ਮੂਰਤੀ ਬਣਾ ਰਿਹਾ ਆਪਣੀ, ਡਰਪੋਕ ਬੰਦੇ ਦੀ। ਹੁਣ ਉਹਨੇ ਹਰ ਕੰਮ ਕਰਨ 'ਚ ਡਰਨਾ,
ਕਈ ਬੰਦਾ ਕਹਿ ਦਿੰਦਾ ਮੈਨੂੰ ਫੈਸਲੇ ਲੈਣੇ ਨਹੀਂ ਆਉਂਦੇ, ਮੈਂ ਫੈਸਲਾ ਨਹੀਂ ਲੈ ਸਕਦਾ, ਤਾਂ ਹੁਣ ਉਹਨੇ ਕਿਹੜੀ ਮੂਰਤੀ ਬਣਾਉਣੀ ਹੈ? ਇਸ ਲਈ ਇੱਥੇ ਕੀ ਕਹਿੰਦੇ ਹੈ ਕਿ ਆਪਣੇ ਅੰਦਰ ਸਾਨੂੰ ਇੰਨਾ ਵਿਸ਼ਵਾਸ ਹੋਣਾ ਚਾਹੀਦਾ ਹੈ, ਯਕੀਨ ਹੋਣਾ ਚਾਹੀਦਾ ਹੈ ਕਿ ਮੈਂ ਡਰ ਡਰ ਕੇ ਆਪਣੀ ਮੂਰਤੀ ਡਰ ਵਾਲੀ ਨਹੀਂ, ਆਪਣੀ ਮੂਰਤੀ ਸਾਹਸ ਔਰ ਵਿਸ਼ਵਾਸ ਵਾਲੀ ਬਣਾਉਣੀ ਹੈ। ਔਰ ਉਹ ਕਿਸ ਤਰ੍ਹਾਂ ਬਣੇਗੀ? ਅਗਰ ਮੈਂ ਕਹੂੰਗਾ ਕਿ ਮੈਂ ਨਿਡਰ ਹਾਂ ਔਰ ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ ਮੇਰੇ, ਤਾਂ ਫਿਰ ਜਰਾ ਸੋਚੋ, ਜਦੋਂ ਸੋਚ ਅੰਦਰ ਬਦਲਦੀ ਹੈ ਨਾ ਤਾਂ ਇਨਸਾਨ ਦੀ ਜ਼ਿੰਦਗੀ ਦੀ ਤਸਵੀਰ ਬਦਲਣੀ ਸ਼ੁਰੂ ਹੋ ਜਾਂਦੀ ਹੈ। ਔਰ ਇਹ ਸੋਚ ਕਿੱਦਾਂ ਬਦਲਦੀ ਹੈ? ਕਿਉਂਕਿ ਮਨ ਦੇ ਵਿੱਚ ਵਿਚਾਰ ਬੁਰੇ ਚੱਲਦੇ ਹੈ, ਤਾਂ ਜਦੋਂ ਚੰਗੇ ਵਿਚਾਰ ਮਿਲਦੇ ਆ ਤਾਂ ਇਹ ਚੰਗੇ ਵਿਚਾਰ ਹੀ ਬੁਰੇ ਵਿਚਾਰਾਂ ਨੂੰ ਜਾ ਕੇ ਚੇਂਜ ਕਰਦੇ ਹੈ। ਇਹ ਗੱਲ ਯਾਦ ਰੱਖਣਾ। ਇਹ ਜੇ ਬੰਦਾ ਕਹੇ ਆ ਮੇਰਾ ਬੁਰਾ ਵਿਚਾਰ ਨਹੀਂ ਮੁੱਕਦਾ, ਜਿੱਦਾਂ ਹੁਣ ਫਰਜ਼ ਕਰੋ ਆ ਮੇਰੇ ਅੰਦਰ ਬੁਰੇ ਵਿਚਾਰ ਬੜੇ ਚੱਲ ਰਹੇ ਹੈ, ਇਹ ਰੁਕਦੇ ਨਹੀਂ ਹੈ, ਇਹ ਖਤਮ ਨਹੀਂ ਹੁੰਦੇ, ਹਰ ਵੇਲੇ ਚੱਲਦੇ ਰਹਿੰਦੇ ਹੈ, ਇੱਦਾਂ ਹੁੰਦੀ ਨਾ ਤੁਹਾਡੇ ਨਾਲ? ਕਈ ਵਾਰ ਅਜੀਬ ਕਹਿ ਦਿੰਦੇ ਹੈ ਕਿ ਸਾਡੇ ਅੰਦਰ ਬੁਰੇ ਖਿਆਲ ਆਉਂਦੇ ਤਾਂ ਚੱਲਦੇ ਹੀ ਰਹਿੰਦੇ, ਅਸੀਂ ਬੜਾ ਰੋਕਣ ਦੀ ਕੋਸ਼ਿਸ਼ ਕਰਦੇ ਹਾਂ, ਬੜਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਉਹ ਰੁਕਦੇ ਨਹੀਂ ਹੈ, ਹਰ ਵੇਲੇ ਚੱਲਦੇ। ਹੁਣ ਜਦੋਂ ਤੁਸੀਂ ਬੁਰੇ ਖਿਆਲਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋ, ਗਲਤ ਕਰ ਰਹੇ ਹੋ ਤੁਸੀਂ। ਇਹ ਗੱਲ ਯਾਦ ਰੱਖਣਾ ਹਮੇਸ਼ਾ, ਕਿਉਂਕਿ ਤੁਸੀਂ ਕੀ ਕਰ ਰਹੇ ਹੋ ਕਿ ਇੱਕ ਨਦੀ 'ਚੋਂ ਪਾਣੀ ਆ ਰਿਹਾ, ਤੁਸੀਂ ਪਾਣੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ, ਜਿੰਨੇ ਮਰਜ਼ੀ ਬੰਨ ਲਾ ਲਓ ਪਿੱਛੇ ਪਾਣੀ ਆ ਰਿਹਾ, ਰੁਕਣਾ ਨਹੀਂ ਹੈ, ਪਰ ਫਿਰ ਕਰ ਕੀ ਸਕਦੇ ਹੋ ਕੀ ਸਕਦਾ ਹੈ? ਇਹ ਹੋ ਸਕਦਾ ਹੈ, ਪਾਣੀ ਨੂੰ ਰੋਕਿਆ ਨਹੀਂ ਜਾਂਦਾ, ਕਿਉਂਕਿ ਮਨ ਦਾ ਕੰਮ ਹੈ ਸੋਚਣਾ, ਵਿਚਾਰ ਕਰਨਾ, ਇਹਨੂੰ ਰੋਕਿਆ ਨਹੀਂ ਜਾ ਸਕਦਾ, ਪਰ ਅਸੀਂ ਉਹ ਪਾਣੀ ਨੂੰ ਇੱਕ ਨਵੀਂ ਦਿਸ਼ਾ ਕਹਿ ਦਿਓ ਦੇ ਸਕਦੇ ਹਾਂ। ਹੁਣ ਬੰਦਾ ਕੀ ਕਰਦਾ? ਆਪਣੇ ਮਨ ਦੇ ਬੁਰੇ ਵਿਚਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ, ਅਸੀਂ ਕਿਤੇ ਰੋਕੋ ਨਾ, ਬਲਕਿ ਅੱਛਾ ਸੋਚਣਾ ਸ਼ੁਰੂ ਕਰੋ। ਕੀ ਕਰੋ? ਅੱਛਾ ਸੋਚਣਾ। ਹੁਣ ਫਰਜ਼ ਕਰੋ ਇੱਕ ਬੰਦਾ ਕਹਿੰਦਾ ਹੈ ਕਿ ਮੇਰੇ ਅੰਦਰ ਨਾ, ਉਦਾਹਰਣ ਦੇਣ ਲੱਗਿਆ, ਪੰਜਾਬੀ ਗਾਣਾ ਚੱਲੀ ਜਾਂਦਾ ਹੈ, ਮੈਂ ਉਹ ਗਾਣਾ ਸੁਣਿਆ ਸੀ ਤਾਂ ਉਹਦੇ ਬੋਲ ਅੰਦਰ ਚਲੀ ਜਾਂਦੇ ਹੈ, ਉਹ ਰੁਕਦੇ ਹੀ ਨਹੀਂ ਹੈ, ਅੰਦਰ ਗੂੰਜਦੇ ਹੈ। ਅਸੀਂ ਕਹਾਂਗੇ ਉਹਨੂੰ ਰੋਕਣ ਦੀ ਕੋਸ਼ਿਸ਼ ਨਾ ਕਰ, ਤੂੰ ਕੋਈ ਸ਼ਬਦ ਗਾਣਾ ਸ਼ੁਰੂ ਕਰ ਦੇ ਅੰਦਰ, ਅੰਦਰ ਕੋਈ ਗੁਰਬਾਣੀ ਦਾ ਸ਼ਬਦ ਗਾ ਲੈ, ਕੋਈ ਕਵਾਲੀ ਗਾ ਲੈ, ਕੋਈ ਫਕੀਰਾਂ ਦੇ ਵਚਨ ਦੁਹਰਾਉਣੇ ਸ਼ੁਰੂ ਕਰ ਦੇ, ਕਿਉਂਕਿ ਮਨ ਦੀ ਆਦਤ ਹੈ ਇੱਕ ਟਾਈਮ 'ਚ ਇੱਕੋ ਹੀ ਚੀਜ਼ ਇਹ ਕਰ ਸਕਦਾ ਹੈ। ਜਦੋਂ ਤੂੰ ਨਵੀਂ ਚੀਜ਼ ਸੋਚਣੀ ਸ਼ੁਰੂ ਕਰ ਦੇਗਾ, ਉੱਧਰੋਂ ਆਪਣੇ ਆਪ ਹੀ ਮਨ ਦੀ ਐਨਰਜੀ ਹਟ ਜਾਏਗੀ ਔਰ ਨਵੀਂ ਜਗ੍ਹਾ ਲੱਗਣੀ ਸ਼ੁਰੂ। ਸਮਝ ਆਈ ਸਾਡੀ ਗੱਲ? ਕਰਕੇ ਦੇਖਣਾ ਕਦੀ। ਹੁਣ ਇੱਕ ਬੰਦਾ ਕਹਿ ਰਿਹਾ ਹੈ, ਫਰਜ਼ ਕਰੋ ਕੋਈ ਗਾਣਾ ਗਾਉਂਦਾ ਹੈ, ਪਰ ਉਹਦੀ ਜਗ੍ਹਾ ਗਾਣਾ ਸ਼ੁਰੂ ਕਰੋ, ਹਮ ਹੋਗੇ ਕਾਮਯਾਬ, ਹਮ ਹੋਗੇ ਕਾਮਯਾਬ ਇੱਕ ਦਿਨ। ਤਾਂ ਹੁਣ ਆਪਾਂ ਕਾਹਦੇ ਬਾਰੇ ਸੋਚ ਰਹੇ ਹਾਂ? ਕਾਮਯਾਬੀ ਬਾਰੇ ਸੋਚ ਰਹੇ ਹਾਂ, ਸਫਲਤਾ ਬਾਰੇ ਸੋਚ ਰਹੇ ਹਾਂ। ਹੁਣ ਜੇ ਮਨ ਦੇ ਵਿੱਚ ਡਰ ਹੈ, ਕਿਉਂਕਿ ਡਰ ਕਾਹਦਾ ਹੁੰਦਾ ਹੈ, ਕਿਤੇ ਮੇਰੇ ਨਾਲ ਬੁਰਾ ਨਾ ਹੋ ਜਾਵੇ, ਕਿਤੇ ਇੱਦਾਂ ਨਾ ਹੋ ਜਾਵੇ, ਤਾਂ ਉਹ ਸੋਚਣ ਦੀ ਬਜਾਏ ਹਮੇਸ਼ਾ ਆਪਣੀ ਸੋਚ ਨੂੰ ਚੰਗੇ ਵੱਲ ਲੈ ਕੇ ਜਾਓ ਕਿ ਮੇਰੇ ਨਾਲ ਜੋ ਹੋਏਗਾ ਅੱਛਾ ਹੋਏਗਾ, ਕਿਉਂਕਿ ਅੱਛਾ ਕਰਨ ਵਾਲਾ ਮੇਰਾ ਮਾਲਿਕ ਮੇਰੇ, ਮੈਨੂੰ ਆਪਣੇ ਮਾਲਿਕ 'ਤੇ ਪੂਰਾ। ਸੋ ਆਪਣੀ ਸੋਚ ਨੂੰ ਅੱਛੇ ਵੱਲ ਲਿਜਾਵਾਂਗੇ ਤਾਂ ਸਾਡੇ ਜੀਵਨ ਦੀ ਤਸਵੀਰ ਫੇਰ ਹੀ ਅੱਛੀ ਬਣੇਗੀ। ਸਮਝਦੇ ਹੋ ਕਿ ਨਹੀਂ? ਉਹ ਕਹਾਣੀ ਸੁਣੀ ਹੋਣੀ ਹੈ ਤੁਸੀਂ ਕਿ ਇੱਕ ਘੁਮਾਰ, ਉਹਨੇ ਮਿੱਟੀ ਲਈ ਔਰ ਮਿੱਟੀ ਲੈ ਕੇ ਚਾਕ 'ਤੇ ਚੜ੍ਹਾਈ ਤਾਂ ਉਹਦੀ ਚਿਲਮ ਬਣਾਉਣ ਲੱਗਾ, ਚਿਲਮ ਜੋ ਹੁੱਕੇ 'ਤੇ ਲੱਗਦੀ ਹੈ। ਸੁਣੀ ਹੈ ਕਿ ਨਹੀਂ ਕਹਾਣੀ? ਚਲੋ ਸੁਣਾ ਦਈਏ ਥੋੜ੍ਹੀ ਜਿਹੀ, ਸਾਨੂੰ ਬੜੀ ਪਿਆਰੀ ਲੱਗਦੀ ਹੈ ਕਿ ਉਹਨੇ ਚਾਕ 'ਤੇ ਉੱਪਰ ਮਿੱਟੀ ਰੱਖੀ ਗਿੱਲੀ ਔਰ ਚਾਕ ਘੁੰਮਣ ਲੱਗਾ ਤਾਂ ਉਹਨੇ ਜਦੋਂ ਬਣਾਉਣੀ ਸ਼ੁਰੂ ਕੀਤੀ ਤਾਂ ਚਿਲਮ ਜਿਹੜੀ ਹੁੱਕੇ 'ਤੇ ਲੱਗਦੀ ਹੈ। ਫਿਰ ਅਚਾਨਕ ਜਦੋਂ ਚਿਲਮ ਬਣ ਗਈ, ਹਾਲੇ ਤਿਆਰ ਹੀ ਹੋ ਰਹੀ ਸੀ ਕਿ ਉਹਦੇ ਮਨ 'ਚ ਪਤਾ ਨਹੀਂ ਕੀ ਆਇਆ, ਉਹਨੇ ਚੱਕਿਆ ਮਿੱਟੀ ਨੂੰ ਇਕੱਠਾ ਕੀਤਾ, ਮਿੱਟੀ ਨੂੰ ਇਕੱਠਾ ਕੀਤਾ ਔਰ ਉਸੇ ਮਿੱਟੀ ਦਾ ਇੱਕ ਲੋਟਾ ਬਣਾਉਣਾ ਸ਼ੁਰੂ ਕਰ ਦਿੱਤਾ। ਉਸੇ ਮਿੱਟੀ ਦਾ ਕੀ ਬਣਾਉਣਾ ਸ਼ੁਰੂ ਕਰ ਦਿੱਤਾ? ਲੋਟਾ, ਜਿਹ 'ਚ ਪਾਣੀ ਰੱਖਿਆ ਜਾਂਦਾ ਹੈ। ਤਾਂ ਕਹਿੰਦੇ ਮਿੱਟੀ 'ਚੋਂ ਆਵਾਜ਼ ਆਈ
ਕਿ ਇਹ ਕੁਮਾਰ ਕੀ ਕਰ ਰਿਹਾ ਹੈ, ਕੀ ਕਰ ਰਿਹਾ ਹੈ? ਪਹਿਲਾਂ ਤੂੰ ਚਿਲਮ ਬਣਾਈ, ਹੁਣ ਤੂੰ ਮੈਨੂੰ ਢਾ ਕੇ ਮੇਰਾ ਲੋਟਾ ਬਣਾ ਰਿਹਾ, ਕਰ ਕੀ ਰਿਹਾ ਹੈ? ਤਾਂ ਕੁਮਾਰ ਨੇ ਕਿਹਾ, ਪਹਿਲਾਂ ਮੇਰੇ ਮਨ 'ਚ ਸੋਚ ਸੀ ਕਿ ਚਿਲਮ ਬਣਾਵਾਂ, ਪਰ ਫਿਰ ਮੈਂ ਮਨ 'ਚ ਸੋਚਿਆ ਕਿ ਚਿਲਮ ਬਣਾਊਂਗਾ, ਇਹਦੇ 'ਚ ਲੋਕ ਅੱਗ ਰੱਖਣਗੇ, ਇਹ ਵੀ ਸੜੇਗੀ, ਤਾਂ ਜਿਹੜਾ ਹੁੱਕਾ ਪੀਏਗਾ ਉਹਦੇ ਫੇਫੜੇ ਵੀ ਸੜਨਗੇ। ਇਸ ਕਰਕੇ ਉਹ ਬੁਰੀ ਚੀਜ਼ ਕਿਉਂ ਬਣਾਵਾਂ? ਕਿਉਂ ਨਾ ਮੈਂ ਇਹਦਾ ਲੋਟਾ ਬਣਾਵਾਂ ਕਿ ਜਿਹਦੇ 'ਚ ਪਾਣੀ ਰੱਖਣਗੇ, ਪਾਣੀ ਆਪ ਵੀ ਠੰਡਾ ਹੋਏਗਾ ਤਾਂ ਪੀਣ ਵਾਲੇ ਨੂੰ ਵੀ ਠੰਡਕ ਦੇਵੇਗਾ। ਇਸ ਲਈ ਮੈਂ ਚਿਲਮ ਨੂੰ ਢਾ ਕੇ ਲੋਟਾ ਬਣਾਇਆ। ਤਾਂ ਮਿੱਟੀ ਦੇ ਵਿੱਚੋਂ ਆਵਾਜ਼ ਆਈ, ਉਹ ਕਹਿੰਦੇ, ਉਹ ਤੇਰੀ ਤਾਂ ਸੋਚ ਬਦਲੀ, ਤੂੰ ਤਾਂ ਮੇਰੀ ਪੂਰੀ ਜ਼ਿੰਦਗੀ ਬਦਲ ਦਿੱਤੀ। ਕਿਉਂਕਿ ਕਿੱਥੇ ਮੈਂ ਚਿਲਮ ਬਣ ਕੇ ਸੜਨਾ ਸੀ ਔਰ ਦੂਜਿਆਂ ਨੂੰ ਸਾੜਨਾ ਸੀ, ਤਾਂ ਕਿੱਥੇ ਹੁਣ ਮੈਂ ਲੋਟਾ ਬਣ ਕੇ ਆਪ ਵੀ ਠੰਡੀ ਰਹਿਣਾ ਪਾਣੀ ਨਾਲ, ਔਰ ਜਿਹੜਾ ਪੀਏਗਾ ਉਹਨੂੰ ਵੀ ਠੰਡਕ ਦੇਣੀ ਹੈ। ਤੇਰੀ ਸੋਚ ਬਦਲੀ, ਮੇਰੀ ਪੂਰੀ ਕਹਿ ਦਿਓ ਜ਼ਿੰਦਗੀ ਬਦਲ ਗਈ। ਇਹਨੂੰ ਇੱਦਾਂ ਹੀ ਸਮਝ ਲਓ, ਤੁਸੀਂ ਕਾਗਜ਼ ਲੈ ਕੇ ਸੋਚਿਆ ਕਿ ਮੈਂ ਸ਼ੈਤਾਨ ਲਿਖਾਂ, ਕੀ ਲਿਖਾਂ, ਸ਼ੈਤਾਨ, ਸ਼ੈਤਾਨ ਦੀ ਤਸਵੀਰ ਬਣਾਵਾਂ, ਪਰ ਅਚਾਨਕ ਉਹ ਛੱਡੋ ਯਾਰ, ਸ਼ੈਤਾਨ ਦੀ ਤਸਵੀਰ ਬਣਾਉਣ ਨਾਲ ਕਿਹੜਾ ਕਿਸੇ ਦਾ ਭਲਾ ਹੋਣਾ ਹੈ? ਸ਼ੈਤਾਨ ਦੀ ਤਸਵੀਰ ਬਣਾਉਣ ਨਾਲ ਕਿਹੜਾ ਕਿਸੇ ਨੂੰ ਖੁਸ਼ੀ ਮਿਲਣੀ ਹੈ? ਕਿਉਂ ਨਾ ਭਗਵਾਨ ਦੀ ਤਸਵੀਰ ਬਣਾ ਦੇਵਾਂ? ਕਿਉਂਕਿ ਭਗਵਾਨ ਦੀ ਤਸਵੀਰ ਬਣਾਵਾਂਗੇ, ਭਗਵਾਨ ਲਿਖਾਂਗੇ, ਤਾਂ ਪੜ੍ਹ ਕੇ ਕਿਸੇ ਨੇ ਮਨ ਨੂੰ ਸ਼ਾਂਤੀ ਤਾਂ ਮਿਲੂ। ਕਲਮ ਤੁਹਾਡੇ ਹੱਥ 'ਚ ਹੈ, ਸੋਚ ਆਈ ਸੀ ਸ਼ੈਤਾਨ ਬਣਾਉਣ ਦੀ, ਪਰ ਮਨ 'ਚ ਆ ਗਿਆ ਸ਼ੈਤਾਨ ਦੀ ਵੀ ਭਗਵਾਨ ਬਣਾਵਾਂ। ਜਿੱਦਾਂ ਹੀ ਸੋਚ ਬਦਲੀ, ਕਾਗਜ਼ 'ਤੇ ਲਾਈਨਾਂ ਵੀ ਕਹਿ ਦਿਓ। ਇਹਲੇ ਸਭ ਤੋਂ ਬੜੀ ਚੀਜ਼, ਇਹ ਰਾਜ ਦੀਆਂ ਗੱਲਾਂ ਦੱਸ ਰਹੇ ਹਾਂ ਤੁਹਾਨੂੰ। ਅਸੀਂ ਬੰਦਾ ਬਾਹਰੋਂ ਸਭ ਕੁਝ ਬਦਲਣ ਦੀ ਕੋਸ਼ਿਸ਼ ਕਰਦਾ ਹੈ ਕਿ ਮੇਰੇ ਜੀਵਨ 'ਚ ਦੁੱਖ ਬੜੇ ਹੈ, ਮੇਰੇ ਜੀਵਨ 'ਚ ਪਰੇਸ਼ਾਨੀਆਂ ਬੜੀਆਂ ਹੈ, ਮੇਰੇ ਜੀਵਨ 'ਚ ਤਕਲੀਫਾਂ ਬੜੀਆਂ ਹੈ, ਮੈਂ ਆਪਣਾ ਘਰ ਬਦਲ ਦੇਵਾਂ, ਮੁਹੱਲਾ ਬਦਲ ਦੇਵਾਂ, ਪਿੰਡ ਬਦਲ ਦੇਵਾਂ, ਸ਼ਹਿਰ ਬਦਲ ਦੇਵਾਂ, ਦੇਸ਼ ਬਦਲ ਦੇਵਾਂ। ਉਹ ਯਾਦ ਰੱਖੋ, ਜੋ ਮਰਜ਼ੀ ਬਦਲੀ ਜਾਓ, ਸਕੂਨ ਸ਼ਾਂਤੀ ਤਾਂ ਉਦੋਂ ਹੀ ਮਿਲਣੀ ਜਦੋਂ ਆਪਣੀ ਸੋਚ ਬਦਲੋਗੇ ਤੁਸੀਂ, ਕਿਉਂਕਿ ਬਾਹਰੋਂ ਚੀਜ਼ਾਂ ਬਦਲਣ ਨਾਲ ਕਹਿ ਦਿਓ ਸ਼ਾਂਤੀ ਨਹੀਂ ਮਿਲਣੀ। ਹਾਂ, ਥੋੜ੍ਹੀ ਡੇਰ ਨੂੰ ਖੁਸ਼ੀ ਹੋਈ ਨਹੀਂ, ਪੁਰਾਣਾ ਕੱਪੜਾ ਲਾ ਕੇ ਨਵਾਂ ਪਾ ਲਿਆ, ਪਰ ਕਿੰਨੀ ਕੁ ਡੇਰ, ਕਿੰਨੀ ਕੁ ਡੇਰ? ਉਹ ਨਵੇਂ ਕੱਪੜੇ ਨੂੰ ਦਾਗ ਲੱਗਿਆ, ਫਿਰ ਜ਼ਿਆਦਾ ਦੁੱਖ, ਹਾਏ ਨਾ, ਕੱਪੜਾ ਖਰਾਬ ਹੋ ਗਿਆ, ਮੇਰੇ ਕੋਲ ਮੋਟਰਸਾਈਕਲ ਹੈ, ਗੱਡੀ ਚਾਹੀਦੀ ਹੈ, ਗੱਡੀ ਆ ਗਈ, ਗੱਡੀ ਨੂੰ ਮਾੜੀ ਝਰੀਟ ਲੱਗ ਗਈ ਤਾਂ ਮਨ ਦੁਖੀ, ਔਰ 6 ਮਹੀਨੇ ਹੋ ਗਏ ਤਾਂ ਫਿਰ ਉਹ ਪੁਰਾਣੀ ਹੋ ਗਈ, ਹੁਣ ਹੋਰ ਨਵੀਂ ਚਾਹੀਦੀ ਹੈ। ਚੀਜ਼ਾਂ ਸਾਨੂੰ ਥੋੜ੍ਹੀ ਦੇਰ ਵਾਸਤੇ ਖੁਸ਼ੀ ਦਿੰਦੀਆਂ ਹੈ, ਪਰ ਸੱਚਾ ਸਕੂਨ, ਸੱਚੀ ਸ਼ਾਂਤੀ ਜਦੋਂ ਆਪਣੀ ਸੋਚ ਨੂੰ ਅਸੀਂ ਬਦਲਦੇ ਹਾਂ, ਆਪਣੇ ਮਨ ਨੂੰ ਅਸੀਂ ਬਦਲਦੇ ਹਾਂ, ਫਿਰ ਹੀ ਸਾਡੇ ਜੀਵਨ 'ਚ ਸੱਚਾ ਸਕੂਨ, ਸੱਚੀ ਸ਼ਾਂਤੀ ਆਉਂਦੀ ਹੈ। ਔਰ ਫਿਰ ਕਹਾਂਗੇ, ਮਨ, ਇਹ ਸੋਚ ਬਦਲਦੀ ਕਿੱਦਾਂ ਹੈ? ਜ਼ਰਾ ਸੋਚੋ, ਬਦਲਦੀ ਕਿੱਦਾਂ ਹੈ? ਜਿੱਦਾਂ ਅਸੀਂ ਪਹਿਲਾਂ ਹੀ ਦੱਸਿਆ ਕਿ ਮਨ ਕੀ ਹੈ, ਸਾਡੀ ਸੋਚ ਕੀ ਹੈ, ਵਿਚਾਰ ਹੈ ਸਾਡੇ। ਜਦੋਂ ਅਸੀਂ ਦੁਨੀਆਂ 'ਚ ਵਿਚਰਦੇ ਹਾਂ ਤਾਂ ਬੁਰੇ ਵਿਚਾਰ ਸੁਣ ਸੁਣ ਕੇ, ਉੱਥੇ ਇੱਦਾਂ ਬੁਰਾ ਹੋ ਗਿਆ, ਉੱਥੇ ਇੱਦਾਂ ਮਾੜਾ ਹੋ ਗਿਆ, ਉੱਥੇ ਚੋਰੀ ਹੋ ਗਈ, ਉੱਥੇ ਠੱਗੀ ਹੋ ਗਈ, ਉੱਥੇ ਐਕਸੀਡੈਂਟ ਹੋ ਗਿਆ, ਇਹ ਬੁਰੀਆਂ ਸੋਚਾਂ ਜਦੋਂ ਸਾਡੇ ਅੰਦਰ ਜਾਂਦੀਆਂ ਤਾਂ ਜਿੰਨਾ ਬੁਰਾ ਸੁਣਦੇ ਹਾਂ ਸਾਡੇ ਜੀਵਨ 'ਚ ਡਰ, ਚਿੰਤਾ, ਭੈ ਉਨਾ ਹੀ ਵੱਧਦਾ, ਦੁੱਖ ਉਨਾ ਹੀ ਵੱਧਦੇ। ਤਾਂ ਜਦੋਂ ਸੰਤਾਂ ਦੀ ਸੋਚ 'ਚ ਬਹਿੰਦੇ ਹਾਂ, ਸੰਤਾਂ ਦੀ ਸੰਗਤ 'ਚ ਬਹਿੰਦੇ ਹਾਂ, ਤਾਂ ਫਿਰ ਉੱਥੇ ਆ ਕੇ ਕੀ ਪਤਾ ਲੱਗਦਾ ਹੈ ਕਿ ਭਾਈ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਤੂੰ ਮੇਰਾ ਰਾਖਾ। ਉਹ ਜੇ ਭਗਤ ਪ੍ਰਹਲਾਦ ਸੱਪਾਂ ਬਿੱਛੂਆਂ ਵਿੱਚ ਬਹਿ ਕੇ ਬਚ ਸਕਦਾ ਹੈ ਉਹਦੇ ਨਾਮ ਦੀ ਤਾਕਤ ਨਾਲ, ਤਾਂ ਫਿਰ ਤੂੰ ਯਾਦ ਰੱਖ, ਜੇ ਤੇਰੀ ਜ਼ੁਬਾਨ 'ਤੇ ਤੇਰੇ ਹਿਰਦੇ 'ਚ ਵੀ ਆਪਣੇ ਰੱਬ ਦਾ ਨਾਮ ਹੋਏਗਾ ਤਾਂ ਹਰ ਮੁਸ਼ਕਿਲ, ਹਰ ਮੁਸੀਬਤ ਵਿੱਚ ਉਹ ਤੇਰੀ ਰੱਖਿਆ ਕਰੇਗਾ, ਤੇਰੀ ਸੰਭਾਲ ਕਰੇਗਾ। ਡਰਨ ਦੀ ਲੋੜ ਕੀ ਹੈ? ਇਹ ਹਿੰਮਤ ਮਿਲਦੀ ਹੈ, ਇਹ ਹੌਸਲਾ ਮਿਲਦਾ ਹੈ ਸੰਤਾਂ ਫਕੀਰਾਂ ਦੀ ਸੋਬਤ ਵਿੱਚ ਬਹਿ ਕੇ, ਕਿਉਂਕਿ ਚੰਗੇ ਵਿਚਾਰ ਸੁਣਦੇ ਹਾਂ। ਜਦੋਂ ਚੰਗੇ ਵਿਚਾਰ ਸੁਣਦੇ ਹਾਂ ਤਾਂ ਫਿਰ ਸਾਡੇ ਅੰਦਰ ਹਿੰਮਤ ਵੀ ਵੱਧਦੀ ਹੈ, ਵੱਧਦੀ ਹੈ ਕਿ ਨਹੀਂ? ਹੁਣ ਇੱਕ ਬੱਚਾ, ਅਗਰ ਉਹਨੂੰ ਵਿਚਾਰ ਇੱਦਾਂ ਦਿੱਤੇ ਜਾਣ, ਆ ਕਮਰੇ 'ਚ ਤੈਨੂੰ ਨਾ ਭੂਤ ਨੇ ਖਾ ਜਾਣਾ ਆ, ਅੰਦਰ ਜਾਨਵਰ ਹੈ ਜਿਹੜਾ ਤੈਨੂੰ ਖਾ ਜਾਣਾ ਹੈ, ਤਾਂ ਤੁਸੀਂ ਦੇਖੋ ਬੱਚੇ ਦੀ ਹਿੰਮਤ ਸਾਰੀ ਖਤਮ। ਹੁਣ ਬੱਚਾ ਅੰਦਰ ਜਾਣ ਤੋਂ ਡਰੇਗਾ, ਡਰੇਗਾ ਕਿ ਨਹੀਂ? ਜਾਏਗਾ ਅੰਦਰ।
ਡਰੇਗਾ, ਕਿਉਂਕਿ ਤੁਹਾਡੇ ਬਚਨਾਂ ਨੇ ਉਹਦੇ ਅੰਦਰ ਇੰਨਾ ਡਰ ਪੈਦਾ ਕਰ ਦਿੱਤਾ ਕਿ ਆਪਣੇ ਘਰ ਦੇ ਕਮਰੇ ਤੱਕ ਵੀ ਜਾਣ ਤੋਂ ਡਰਦਾ ਹੈ। ਤਾਂ ਜੇ ਹੁਣ ਦੂਸਰਾ ਬੱਚਾ ਹੈ ਜਿਹਨੂੰ ਹਿੰਮਤ ਦਿੱਤੀ ਜਾਵੇ, ਬੇਟਾ ਜਾ, ਤੇਰਾ ਮਾਲਿਕ ਤੇਰੇ ਉਹ ਤੇਰਾ ਕੁਛ ਵੀ ਵਿਗੜ ਨਹੀਂ ਸਕਦਾ, ਤੂੰ ਜਿੱਥੇ ਮਰਜ਼ੀ ਜਾ, ਤੇਰੀ ਰੱਖਿਆ ਕਰਨ ਵਾਲਾ ਤੇਰਾ ਮਾਲਿਕ ਤੇਰੇ ਨਾਲ ਹੈ। ਜਰਾ ਸਮਝਣਾ, ਜਿੱਦਾਂ ਇੱਥੇ ਛੋਟੀ ਜਿਹੀ ਬੱਚੀ ਹੈ, ਆਹ ਨਵੇਂ ਸ਼ਹਿਰ ਤੋਂ ਹੀ ਹੈ, ਲੜਕਾ ਜੈ ਹੈ ਉਹਦੀ ਬੇਟੀ, ਉਹ ਦੇਖੋ ਕਹਿੰਦੇ ਇਹ ਕਮਰੇ ਹਨੇਰੇ 'ਚੋਂ ਡਰਦੀ ਨਹੀਂ ਹੈ, ਪਤਾ ਕੀ ਕਹਿੰਦੀ ਹੈ, ਮੇਰਾ ਮਾਲਕ ਨਾਲ ਹੈ ਮੇਰੇ, ਹਨੇਰੇ 'ਚ ਵੀ ਚਲੀ ਜਾਂਦੀ ਹੈ, ਕਹਿੰਦੀ ਮੇਰਾ ਮਾਲਕ ਮੇਰੇ, ਕਿਉਂਕਿ ਇਹਨੂੰ ਇੱਕੋ ਹੀ ਗੱਲ ਸਿਖਾਈ ਜਾਂਦੀ ਹੈ। ਇਹ ਬੱਚੀ ਦੀ ਗੱਲ ਕਰ ਰਹੇ ਹਾਂ ਅਸੀਂ, ਕਿਉਂਕਿ ਪਿੱਛੇ ਇਹਨਾਂ ਦੇ ਘਰ ਸਤਸੰਗ ਸੀ, ਉੱਥੇ ਦੱਸਿਆ ਇਹਨਾਂ ਨੇ ਸਾਨੂੰ ਕਿ ਡਰਦੀ ਨਹੀਂ ਹੈ, ਹਰ ਜਗ੍ਹਾ ਕਹਿੰਦੀ ਮੇਰਾ ਮਾਲਕ ਮੇਰੇ। ਦੇਖੋ ਛੋਟੀ ਜਿਹੀ ਬੱਚੀ ਦੇ ਅੰਦਰ ਜਦੋਂ ਪਹਿਲੀ ਵਿਸ਼ਵਾਸ ਪੈਦਾ ਕਰਾਂਗੇ ਤਾਂ ਬੱਚਿਆਂ ਦੇ ਅੰਦਰ ਡਰ ਰਹੇਗਾ ਫਿਰ। ਤਾਂ ਹੁਣ ਜਿਹੜਾ ਬੱਚਾ, ਹੁਣ ਫਰਜ਼ ਕਰੋ ਅਸੀਂ ਉਹਦੇ ਅੰਦਰ ਡਰ ਭਰ ਦਿੱਤਾ ਕਿ ਇੱਥੇ ਭੂਤ ਨੇ ਖਾ ਜਾਣਾ, ਇੱਥੇ ਸ਼ੈਤਾਨ ਨੇ ਖਾ ਜਾਣਾ, ਇੱਥੇ ਪ੍ਰੇਤ ਨੇ ਖਾ ਜਾਣਾ, ਇੱਥੇ ਆਹ ਬੁਰੀ ਚੀਜ਼ ਨੇ ਖਾ ਜਾਣਾ, ਉਹ ਜਿਹੜਾ ਬੱਚਾ ਘਰੋਂ ਬਾਹਰ ਨਿਕਲ ਤੋਂ ਡਰੇ ਉਹ ਜ਼ਿੰਦਗੀ 'ਚ ਅੱਗੇ ਜਾ ਕੇ ਕਾਮਯਾਬ ਕਦੀ, ਫਿਰ ਉਹਨੂੰ ਤੁਸੀਂ ਕਹੋ ਜਾ ਵਿਦੇਸ਼ ਵਿੱਚ, ਜਾ ਫਲਾਨੀ ਜਗ੍ਹਾ ਕੰਮ ਕਰੋ, ਡਰੇਗਾ ਭਾਈ ਕਿਤੇ ਕੋਈ ਚੀਜ਼ ਨਾ ਮੈਨੂੰ ਫੜ ਲਵੇ। ਤਾਂ ਜਿਹਦੇ ਅੰਦਰ ਪਹਿਲੀ ਹਿੰਮਤ ਪੈਦਾ ਕਰ ਦਿੱਤੀ ਜਾਵੇ ਕਿ ਤੂੰ ਜਿੱਥੇ ਮਰਜ਼ੀ ਚਲਾ ਜਾ, ਬਸ ਆਪਣੇ ਰੱਬ 'ਤੇ ਯਕੀਨ ਰੱਖ, ਕਿਉਂਕਿ ਅਸੀਂ ਤੇਰਾ ਹਰ ਜਗ੍ਹਾ ਸਾਥ ਨਹੀਂ ਦੇ ਸਕਦੇ, ਪਰ ਉਹ ਮੇਰਾ ਮਾਲਿਕ ਹਰ ਜਗ੍ਹਾ ਤੇਰੇ ਨਾਲ ਹੈ, ਉਹ ਤੇਰੀ ਰੱਖਿਆ ਕਰੇਗਾ। ਇਸ ਲਈ ਵਿਸ਼ਵਾਸ ਕਰ ਆਪਣੇ ਮਾਲਿਕ 'ਤੇ ਕਿ ਤੂੰ ਇਕੱਲਾ ਨਹੀਂ ਆ, ਕਿਉਂਕਿ ਜਿਸ ਕੋ ਰਾਖੇ ਸਾਈਆਂ। ਹੁਣ ਇੱਦਾਂ ਦੀ ਹਿੰਮਤ ਜਦੋਂ ਅਸੀਂ ਬੱਚਿਆਂ ਅੰਦਰ ਜਾਂ ਆਪਣੇ ਅੰਦਰ ਭਰ ਲਵਾਂਗੇ ਤਾਂ ਫਿਰ ਅਸੀਂ ਕਿਤੇ ਵੀ ਦੁਨੀਆਂ ਦੇ ਕੋਨੇ ਚਲੇ ਜਾਈਏ, ਅਸੀਂ ਜੀਵਨ 'ਚ ਕਾਮਯਾਬ ਸਫਲ ਹੋ ਸਕਦੇ ਹਾਂ, ਕਿਉਂਕਿ ਕਾਮਯਾਬੀ ਸਫਲਤਾ ਵਾਸਤੇ ਅੰਦਰ ਨਿਡਰਤਾ ਦਾ, ਸਾਹਸ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਵਿਚਾਰ ਆਪਣੇ, ਫਿਰ ਕਹਾਂਗੇ ਇੱਦਾਂ ਦੇ ਲੋਕਾਂ ਕੋਲ ਨਾ ਬੈਠੋ ਜਿਹੜੇ ਡਰਾਈ ਜਾਣ ਤੁਹਾਨੂੰ, ਉਹ ਤੈਨੂੰ ਪਤਾ ਉੱਥੇ ਕੀ ਹੋ ਗਿਆ, ਉਹ ਫਲਾਨੇ ਨੂੰ ਉੱਥੇ ਨਾ ਭੂਤ ਚੁੰਬੜ ਗਿਆ, ਉਹ ਫਲਾਨੇ ਨੇ ਟੂਣਾ ਕੀਤਾ ਸੀ, ਮੈਂ ਕੋਲ ਦੀ ਲੰਘ ਗਿਆ, ਮੇਰਾ ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਤੈਨੂੰ ਹੀ ਹੋਇਆ ਭਾਈ, ਸਾਨੂੰ ਕੁਛ ਨਹੀਂ ਹੋ ਸਕਦਾ, ਕਿਉਂਕਿ ਸਾਡੇ ਸਿਰ 'ਤੇ ਸਾਡੇ ਮਾਲਿਕ ਦਾ, ਇੱਦਾਂ ਦਾ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ। ਪਰ ਬੰਦਾ ਕੀ ਹੈ, ਅੱਛਾ ਇੱਦਾਂ ਸੀਗਾ, ਉਹ ਚੁਰਾਹੇ 'ਚ ਨਿੰਬੂ ਰੱਖਿਆ ਸੀ, ਉਹ ਚੁਰਾਹੇ 'ਚ ਦੀਵਾ ਬਾਲਿਆ ਸੀ, ਮੈਂ ਕੋਲ ਦੀ ਲੰਘਿਆ, ਭਾਈ ਮੇਰਾ ਤਾਂ ਸਿਰ ਫੜ ਲਿਆ, ਮੇਰਾ ਤਾਂ ਢਿੱਡ ਫੜ ਲਿਆ, ਢਿੱਡ ਦਾ ਦਰਦ ਹੋ ਹੀ ਜਾਂਦੀ ਹੈ। ਕਿੱਦਾਂ ਦੀਆਂ ਇਨਸਾਨ ਦੀਆਂ ਨੀਵੀਆਂ ਸੋਚਾਂ ਹੈ, ਉਹ ਕਮਾਲ ਦੀ ਗੱਲ ਹੈ। ਉਸ ਸਰਵ ਸ਼ਕਤੀਸ਼ਾਲੀ ਪਰਮਾਤਮਾ ਨੇ ਤੈਨੂੰ ਬਣਾਇਆ, ਤੇਰੇ ਰੋਮ ਰੋਮ 'ਚੋਂ ਵੱਸਦਾ ਹੈ, ਔਰ ਜਿੱਥੇ ਪਰਮਾਤਮਾ ਪ੍ਰਭੂ ਹੋਵੇ ਉੱਥੇ ਕਿਸੇ ਚੀਜ਼ ਦਾ ਅਸਰ, ਉਹ ਜਿੱਥੇ ਸੂਰਜ ਹੋਵੇ ਉੱਥੇ ਹਨੇਰਾ ਹੋ ਸਕਦਾ ਹੈ, ਸਮਝਦੇ ਹੋ ਕਿ ਨਹੀਂ? ਇਸ ਕਰਕੇ ਬੰਦਾ ਸੋਚੇ ਕਿ ਪ੍ਰਭੂ ਦੀ ਰਹਿਮਤ, ਉਹ ਮੇਰੇ ਮਾਲਿਕ ਦਾ ਸਾਥ ਜਦ ਮੇਰੇ ਨਾਲ ਹੈ ਤਾਂ ਫਿਰ ਕੋਈ ਮੇਰਾ ਕੁਛ ਵਿਗਾੜ ਨਹੀਂ ਸਕਦਾ। ਇਸ ਲਈ ਆਪਣੇ ਆਪ ਨੂੰ, ਆਪਣੇ ਵਿਚਾਰਾਂ ਨੂੰ ਅੱਜ ਬਦਲਣਾ, ਕਿਉਂਕਿ ਗੁਰੂਆਂ ਰਹਿਬਰਾਂ ਦੇ ਪਵਿੱਤਰ ਦਿਨ 'ਤੇ ਇਹੀ ਹੁੰਦੇ ਮਕਸਦ ਉਹਨਾਂ ਦੇ ਦਿਨਾਂ ਨੂੰ ਮਨਾਉਣ ਦਾ, ਤਾਂ ਕਿ ਅਸੀਂ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈ ਸਕੀਏ, ਕਿ ਆਪਣੇ ਅੰਦਰ ਵਿਸ਼ਵਾਸ ਪੈਦਾ ਕਰੀਏ, ਆਪਣੇ ਅੰਦਰ ਹਿੰਮਤ ਪੈਦਾ ਕਰੀਏ, ਹੌਸਲਾ ਪੈਦਾ ਕਰੀਏ, ਇਹ ਡਰ ਡਰ ਕੇ ਚਿੰਤਾ ਕਰ ਕਰਕੇ ਜੀਣਾ ਬੰਦ ਕਰੀਏ, ਅਸੀਂ ਆਪਣੇ ਜੀਵਨ ਨੂੰ ਸਮਝੀਏ, ਅਸੀਂ ਸਮਝਦੇ ਹੋ ਕਿ ਨਹੀਂ? ਇਸ ਲਈ ਇੱਧਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਕਹਿੰਦੇ ਹੈ, ਉਹਨਾਂ ਦਾ ਬਚਨ ਹੈ ਕਿ ਈਸ਼ਵਰ ਨੇ ਹਮੇ ਜਨਮ ਇਸ ਲਈ ਦਿਆ ਹੈ ਤਾਂ ਕਿ ਹਮ ਦੁਨੀਆ ਮੇ ਅੱਛੇ ਕਾਮ ਕਰੇ ਔਰ ਬੁਰਾਈ ਕੋ ਦੂਰ ਕਰੇ। ਇਹ ਪਹਿਲੀ ਲਾਈਨ ਜਿਹੜਾ ਦੱਸ, ਗੌਰ ਕਰਨਾ, ਕਿਉਂਕਿ ਗੁਰੂਆਂ ਦੇ ਵਚਨ ਹੀ ਹੁੰਦੇ ਹੈ ਕਿ ਸਾਨੂੰ ਪਰਮਾਤਮਾ ਨੇ ਜ਼ਿੰਦਗੀ ਕਿਸ ਵਾਸਤੇ ਦਿੱਤੀ ਹੈ। ਅੱਜ ਬੰਦਾ ਸੋਚਦਾ ਜ਼ਿੰਦਗੀ ਮਿਲੀ ਹੈ, ਖਾ ਲਓ, ਪੀ ਲਓ, ਸੌ ਲਓ, ਜਾਗ ਲਓ, ਕੱਪੜਾ ਪਾ ਲਓ, ਮਕਾਨ ਬਣਾ ਲਓ, ਤਾਂ ਬਸ ਖਤਮ, ਕਿਉਂਕਿ ਇਹੀ ਕਰਦੇ ਜ਼ਿੰਦਗੀ ਚਲੀ ਜਾਂਦੀ ਹੈ ਕਿ ਨਹੀਂ? ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਅਗਰ ਬੰਦਾ ਆਪਣੀ ਜ਼ਿੰਦਗੀ ਨੂੰ ਦੇਖੇ ਤਾਂ ਬੰਦੇ ਜ਼ਿੰਦਗੀ ਇੱਦਾਂ ਹੀ ਘੁੰਮ ਰਹੀ ਹੈ। ਸਵੇਰੇ ਉੱਠੇ, ਖਾਣਾ ਖਾਧਾ, ਆਫਿਸ ਗਏ ਔਰ
ਕੰਮ ਕਾਰ ਕੀਤਾ, ਸ਼ਾਮ ਨੂੰ ਵਾਪਸ ਆਏ, ਖਾਣਾ ਖਾਧਾ, ਟੀਵੀ ਦੇਖਿਆ ਔਰ ਫਿਰ ਸੌਂ ਗਏ। ਯਾਨੀ ਇੱਕ ਦਾਇਰੇ ਅੰਦਰ ਹੀ ਚੱਲ ਰਹੀ ਹੈ, ਸਿਰਫ ਇਸੇ ਲਈ ਸਾਨੂੰ ਜ਼ਿੰਦਗੀ ਨਹੀਂ ਮਿਲੀ। ਗੁਰੂਆਂ ਦਾ ਫਰਮਾਨ ਹੈ ਕਿ ਸਾਨੂੰ ਉਸ ਈਸ਼ਵਰ ਨੇ, ਉਸ ਅਕਾਲ ਪੁਰਖ ਨੇ ਜ਼ਿੰਦਗੀ ਇਸ ਲਈ ਦਿੱਤੀ ਹੈ ਤਾਂ ਕਿ ਅਸੀਂ ਦੁਨੀਆਂ 'ਤੇ ਆ ਕੇ ਕੁਛ ਅੱਛਾ ਕਰੀਏ, ਯੋਗਦਾਨ ਦਈਏ ਸੰਸਾਰ ਵਾਸਤੇ, ਕੁਛ ਅੱਛਾ ਕਰਕੇ ਦਿਖਾਈਏ। ਤਾਂ ਹੀ ਤਾਂ ਅਸੀਂ ਕਹੀਦਾ ਨਾ ਕਿ ਇਸ ਤੋਂ ਪਹਿਲੇ ਕਿ ਮੈਂ ਮਰਕਰ ਲਾਸ਼ ਹੋ ਜਾਊਂ, ਉਹ ਕੁਛ ਤੋਂ ਐਸਾ ਕਰ ਜਾਊਂਗਾ ਕਿ ਮੈਂ ਖਾਸ ਕੁਛ ਖਾਸ ਕਰਨ ਵਾਸਤੇ ਆਏ ਹਾਂ। ਅਸੀਂ ਮਰ ਕੇ ਲਾਸ਼ ਤਾਂ ਸਾਰਿਆਂ ਨੇ ਹੋਣਾ ਹੈ, ਕਿਉਂਕਿ ਅਗਰ ਬੰਦਾ ਦੇਖੇ ਨਾ, ਉਹ ਜਿੱਦਾਂ ਕਬੀਰ ਸਾਹਿਬ ਕਹਿੰਦੇ ਸੀ, ਕਹਿੰਦੇ ਇੱਕ ਆਦਮੀ ਮਰਿਆ, ਜਦੋਂ ਉਹਦੀ ਅਰਥੀ ਜਾ ਰਹੀ ਸੀ ਤਾਂ ਕਿਸੇ ਨੇ ਕਿਹਾ ਸਤਿਗੁਰੂ ਉਹ ਦੇਖੋ, ਕਬੀਰ ਸਾਹਿਬ ਨੂੰ ਕਿਹਾ ਕਿ ਗੁਰੂਦੇਵ ਉਹ ਦੇਖੋ ਅਰਥੀ ਜਾ ਰਹੀ ਹੈ। ਕਬੀਰ ਸਾਹਿਬ ਕਹਿੰਦੇ ਉਹ ਅਰਥੀ, ਉਹ ਜਿੰਨੇ ਘੁੰਮ ਰਹੇ ਸਾਰੇ ਇੱਕ ਦਿਨ ਅਰਥੀਆਂ 'ਤੇ ਸਵਾਰ ਹੋਣ ਵਾਲੇ, ਇਹ ਜੀਂਦੇ ਜਾਗਦੇ ਮੁਰਦੇ ਹੀ ਹੈ, ਕਿਉਂਕਿ ਇੱਕ ਦਿਨ ਸਾਰਿਆਂ ਨੇ ਆਪਣੇ ਵਕਤ ਆਉਣ 'ਤੇ ਜਾਣਾ ਹੀ ਹੈ। ਇਸ ਲਈ ਇਹ ਜੀਵਨ ਖਾਣ ਪੀਣ, ਕੱਪੜਾ ਪਾਉਣ, ਜਾਂ ਬਸ ਇਸੇ ਚੀਜ਼ ਪਿੱਛੇ ਦੌੜ ਗਿਆ ਕਿ ਪਰਿਵਾਰ ਬੱਚਿਆਂ ਨੂੰ ਜਨਮ ਦੇ ਲਿਆ, ਪਾਲ ਲਿਆ, ਪਲੋਸ ਲਿਆ, ਪੜ੍ਹਾ ਲਿਆ, ਬਸ ਉਹਨਾਂ ਨੂੰ ਕੰਮ 'ਤੇ ਲਾ ਤਾ ਤਾਂ ਫਿਰ ਆਪ ਬਹਿ ਗਏ। ਸਿਰਫ ਇਸੇ ਲਈ ਜ਼ਿੰਦਗੀ ਨਹੀਂ ਹੈ, ਇਹ ਜ਼ਿੰਦਗੀ ਇਸ ਲਈ ਪਰਮਾਤਮਾ ਨੇ ਸਾਨੂੰ ਦਿੱਤੀ ਹੈ। ਇੱਕ ਫੁੱਲ ਵੀ ਅਗਰ ਖਿਲਦਾ ਹੈ ਨਾ ਤਾਂ ਦੇਖੋ ਦੁਨੀਆਂ ਨੂੰ ਖੂਬਸੂਰਤ ਬਣਾਉਂਦਾ ਹੈ, ਬਣਾਉਂਦਾ ਕਿ ਨਹੀਂ? ਆਪਣੀ ਮਹਿਕ ਚਾਰੋਂ ਪਾਸੇ ਕਹਿ ਦਿਓ ਬਖੇਰਦਾ ਹੈ। ਇੱਕ ਚਿੜੀਆਂ ਵੀ ਚਹਿਚਹਾਉਂਦੀ ਹੈ ਤਾਂ ਕਈ ਵਾਰ ਤੁਸੀਂ ਦੇਖਣਾ ਚਿੜੀਆਂ ਚਹਿਚਹਾਉਂਦੀ ਹੈ ਨਾ, ਸ਼ਾਂਤੀ ਨਾਲ ਸੁਣੋ ਤਾਂ ਬੜੀ ਸ਼ਾਂਤੀ, ਬੜੀ ਖੁਸ਼ੀ ਮਿਲਦੀ ਹੈ। ਔਰ ਇੱਥੇ ਤੱਕ ਵਿਗਿਆਨ ਅੱਜ ਕਹਿੰਦਾ ਹੈ ਕਿ ਜਿਹੜੀ ਆ ਮਧੂਮੱਖੀ ਵੀ ਉੱਡਦੀ ਹੈ ਨਾ, ਸ਼ਹਿਦ ਵਾਲੀ ਮੱਖੀ, ਕਦੀ ਦੇਖ ਲੈਣਾ ਪੜ੍ਹ ਕੇ ਇਹਦੇ ਬਾਰੇ ਵੀ, ਉਹ ਕਹਿੰਦੇ ਅਗਰ ਇਹ ਦੁਨੀਆਂ ਤੋਂ ਸ਼ਹਿਦ ਦੀਆਂ ਮੱਖੀਆਂ ਖਤਮ ਹੋ ਜਾਣ ਤਾਂ ਬੰਦੇ ਦਾ ਅਸਤਿਤਵ ਵੀ ਖਤਮ ਹੋ ਜਾਵੇ, ਕਿਉਂਕਿ ਇਹਨਾਂ ਦੇ ਹੋਣ ਵਿੱਚ ਵੀ ਬੰਦੇ, ਇਹਨਾਂ ਦੇ ਜੀਵਨ ਵਿੱਚ ਵੀ ਬੰਦੇ ਦੇ ਜੀਵਨ ਦੇ ਨਾਲ ਤਾਰ ਜੁੜੀ ਹੋਈ ਹੈ। ਸਮਝਦੇ ਹੋ ਕਿ ਨਹੀਂ? ਅੱਜ ਪੇੜਾਂ ਪੌਦਿਆਂ ਨੂੰ ਦੇਖੋ, ਹਰ ਚੀਜ਼ ਨੂੰ ਦੇਖੋ, ਅੱਜ ਬੈਠੇ ਵਿਸ਼ਾ ਕਿੱਥੇ ਆ, ਪੇੜ ਵਿਸ਼ਾ ਕਿੱਥੇ ਨਜ਼ਰ ਨਹੀਂ ਆ ਰਿਹਾ, ਪਰ ਇਹ ਪੇੜਾਂ ਤੋਂ ਬਿਨਾਂ ਸਾਡਾ ਜੀਵਨ, ਕਿਉਂਕਿ ਕੁਛ ਨਾ ਕੁਛ ਸਾਨੂੰ ਦੇ ਰਿਹਾ ਕਿ ਨਹੀਂ? ਉਹ ਕਹਿੰਦੇ ਪਰਮਾਤਮਾ ਨੇ ਤੈਨੂੰ ਜੀਵਨ ਇਸ ਲਈ ਦਿੱਤਾ ਹੈ ਕਿ ਤੂੰ ਇਸ ਦੁਨੀਆਂ 'ਤੇ ਕੁਛ ਅੱਛਾ ਕਰ ਸਕੇ, ਤੂੰ ਬੁਰਾਈ ਨੂੰ ਦੂਰ ਕਰ ਸਕੇ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਇਹੀ ਸੋਚਣਾ ਚਾਹੀਦਾ ਕਿ ਜੇ ਸਾਨੂੰ ਪ੍ਰਭੂ ਨੇ, ਉਸ ਅਕਾਲ ਪੁਰਖ ਮਾਲਕ ਨੇ ਜਨਮ ਦਿੱਤਾ ਹੈ ਤਾਂ ਮੈਂ ਜੀਵਨ 'ਚ ਅੱਛਾ ਕੀ ਕਰ ਰਿਹਾ? ਸੋਚੋ ਜ਼ਰਾ, ਵਿਚਾਰ ਕਰੋ, ਮੈਂ ਆਪਣੇ ਜੀਵਨ 'ਚ ਅੱਛਾ, ਅਗਰ ਮੈਂ ਕੁਛ ਅੱਛਾ ਕਰ ਰਿਹਾ ਹਾਂ ਤਾਂ ਫਿਰ ਮੈਂ ਆਪਣੇ ਜੀਵਨ ਦੇ ਮਕਸਦ ਨੂੰ ਪੂਰਾ ਕਰ ਰਿਹਾ ਹਾਂ। ਅਗਰ ਮੈਂ ਆਪਣੇ ਜੀਵਨ ਦੀਆਂ ਬੁਰਾਈਆਂ ਨੂੰ ਦੂਰ ਕਰ ਰਿਹਾ ਹਾਂ, ਕਿਉਂਕਿ ਇਨਸਾਨ ਦੇ ਅੰਦਰ ਕਈ ਕਮੀਆਂ ਹੁੰਦੀਆਂ, ਕਈ ਕਮਜ਼ੋਰੀਆਂ ਹੁੰਦੀਆਂ, ਕਈ ਬੁਰਾਈਆਂ ਹੁੰਦੀਆਂ ਹੈ, ਤਾਂ ਯਾਦ ਰੱਖੋ ਕਿ ਅਗਰ ਅਸੀਂ ਆਪਣੇ, ਹੁਣ ਫਰਜ਼ ਕਰੋ ਬੰਦਾ ਕਹਿੰਦਾ ਮੈਂ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖਦਾ, ਮੈਂ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਦਾ, ਜਿਹੜਾ ਆਪਣੇ ਘਰ ਨੂੰ ਸਾਫ਼ ਰੱਖੇਗਾ, ਆਪਣੇ ਆਪ ਨੂੰ ਸਾਫ਼ ਰੱਖੇਗਾ, ਮੁਹੱਲੇ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਵੀ, ਤਾਂ ਜਿਹੜਾ ਆਪ ਹੀ ਗੰਦਾ ਹੋਵੇ, ਘਰ ਹੀ ਜਿਹੜਾ ਗੰਦਾ ਹੋਵੇ, ਤਾਂ ਸੰਸਾਰ ਨੂੰ ਜਾਂ ਸਮਾਜ ਨੂੰ ਕੀ ਸਾਫ਼ ਸੁਥਰਾ ਕਰਨਾ ਹੈ? ਇਸ ਲਈ ਸਭ ਤੋਂ ਪਹਿਲਾਂ ਗੁਰੂ ਕਹਿੰਦੇ ਚੈੱਕ ਕਰ ਕਿ ਤੈਨੂੰ ਉਸ ਈਸ਼ਵਰ ਨੇ ਇਹ ਜ਼ਿੰਦਗੀ ਦਿੱਤੀ ਹੈ ਤਾਂ ਕਿ ਇਸ ਦੁਨੀਆਂ 'ਤੇ ਕੁਛ ਅੱਛਾ ਕਰੇ ਔਰ ਬੁਰਾਈਆਂ ਨੂੰ ਦੂਰ ਕਰ ਸਕੇ, ਕਿਉਂਕਿ ਇਨਸਾਨ ਅੰਦਰ ਜਾਂ ਸਮਾਜ ਅੰਦਰ ਕਈ ਕਮੀਆਂ ਹੁੰਦੀਆਂ ਹੈ। ਔਰ ਫਿਰ ਕਹਾਂਗੇ ਕਿ ਅਗਰ ਅਸੀਂ ਦੁਨੀਆਂ ਨੂੰ ਬਦਲਣਾ ਨਾ, ਬੰਦਾ ਸੋਚੇ ਦੁਨੀਆਂ ਨੂੰ ਬਦਲ ਚੱਲੀਏ, ਤਾਂ ਸਿੱਧਾ ਬੰਦਾ ਦੁਨੀਆਂ ਨੂੰ ਨਹੀਂ ਬਦਲ ਸਕਦਾ, ਬਸ ਤੁਸੀਂ ਆਪਣੇ ਆਪ ਨੂੰ ਬਦਲ ਦਿਓ, ਆਪਣੇ ਵਿਚਾਰਾਂ ਨੂੰ ਬਦਲ ਦਿਓ, ਆਪਣੇ ਅੰਦਰੋਂ ਬੁਰਾਈਆਂ ਨੂੰ ਖਤਮ ਕਰ ਦਿਓ, ਆਪਣੀ ਬੁਰੀ ਸੋਚ ਨੂੰ ਬਦਲ ਦਿਓ, ਤਾਂ ਹੌਲੀ ਹੌਲੀ ਉਹਦਾ ਪ੍ਰਭਾਵ ਸੰਸਾਰ 'ਤੇ ਪੈਣਾ ਸ਼ੁਰੂ ਹੋ ਜਾਏਗਾ। ਇਹ ਬਦਲਣਾ ਫਿਰ ਕਿਹਨੂੰ ਹੈ? ਆਪਣੇ ਆਪ ਨੂੰ। ਬੁਰਾਈਆਂ ਚਾਹੇ ਸਾਡੀ ਬੁਰੀ ਸੋਚ ਵਿੱਚ ਹੋਵੇ, ਬੁਰੀ ਕਰਨੀ 'ਚ ਹੋਵੇ, ਕਿਉਂਕਿ ਜਿਹਦੇ ਨਾਲ ਕਿਸੇ ਦਾ ਵੀ ਅਸੀਂ ਹੱਕ ਮਾਰਦੇ ਹਾਂ, ਕਿਸੇ ਨੂੰ ਵੀ ਤਕਲੀਫ ਦਿੰਦੇ ਹਾਂ, ਉਹ ਸਾਡਾ ਕਰਮ ਬੁਰਾ ਗਿਣਿਆ ਜਾਂਦਾ ਹੈ।
ਕੀ ਗਿਣਿਆ ਜਾਂਦਾ ਹੈ? ਬੁਰਾ ਕਰਮ। ਇਸ ਲਈ ਗੁਰੂ ਇਹੀ ਕਹਿੰਦੇ ਹੈ ਕਿ ਆਪਣੇ ਜੀਵਨ ਤੋਂ ਹਰ ਬੁਰਾਈ ਨੂੰ ਦੂਰ ਕਰ। ਤੂੰ ਇਸ ਸੰਸਾਰ ਤੇ, ਤੈਨੂੰ ਈਸ਼ਵਰ ਨੇ ਜਨਮ ਇਸ ਲਈ ਦਿੱਤਾ ਹੈ ਕਿ ਦੁਨੀਆਂ ਤੇ ਕੁਛ ਭਲਾ ਕਰੇ, ਕੁਛ ਅੱਛਾ ਕਰੇ ਔਰ ਬੁਰਾਈਆਂ ਨੂੰ ਦੂਰ ਕਰੇ। ਇਸ ਲਈ ਆਪਣੇ ਆਪ ਨਾਲ ਅੱਜ ਇੱਕ ਵਾਅਦਾ ਕਰੀਏ ਅਸੀਂ ਗੁਰੂਆਂ ਦੇ ਦਿਨ ਤੇ ਕਿ ਮੈਂ ਆਪਣੇ ਜੀਵਨ 'ਚ ਇੱਕ ਫੈਸਲਾ ਕਰਨਾ ਕਿ ਹਰ ਰੋਜ਼ ਮੈਂ ਕੁਛ ਨਾ ਕੁਛ ਅੱਛਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਸਮਝਦੇ ਹੋ ਕਿ ਨਹੀਂ? ਅਸੀਂ ਆਪਣੀ ਬੋਲ ਬਾਣੀ ਨੂੰ ਅੱਛਾ ਬਣਾ ਸਕਦੇ ਹਾਂ। ਜਿੱਦਾਂ ਅਸੀਂ ਇੱਕ ਸਤਸੰਗ ਦੱਸਿਆ ਸੀ ਕਿ ਰੋਟੀ ਪਰ ਘੀ ਔਰ ਬੋਲਤੇ ਹੋਏ ਜੀ ਲਗਾਨੇ ਸੇ ਸਵਾਦ ਔਰ ਇੱਜ਼ਤ ਕਈ ਗੁਣਾ ਬੜ ਜਾਤੀ ਹੈ। ਹੁਣ ਅਗਰ ਆਪਾਂ ਇੰਨਾ ਹੀ ਆਪਣੀ ਜ਼ੁਬਾਨ 'ਤੇ ਕਰ ਲੈਂਦੇ ਹਾਂ ਕਿ ਆਪਣੀ ਜ਼ੁਬਾਨ 'ਤੇ ਅਸੀਂ ਪਿਆਰ ਨਾਲ ਬੋਲਣਾ ਸ਼ੁਰੂ ਕਰ ਦਈਏ ਤਾਂ ਉਹਦੇ ਨਾਲ ਵੀ ਜ਼ਰਾ ਸੋਚੋ ਵਾਤਾਵਰਨ 'ਚ ਕਿੰਨਾ ਬਦਲਾਵ ਆਏਗਾ, ਆਏਗਾ ਕਿ ਨਹੀਂ? ਹੁਣ ਜ਼ਰਾ ਸੋਚ ਕੇ ਦੇਖੋ, ਦੁਨੀਆ ਸੁੰਦਰ ਹੈ, ਪਹਿਲਾਂ ਲੱਗਦੀ ਕਿ ਨਹੀਂ ਸੋਹਣੀ ਸਾਨੂੰ? ਨਹੀਂ ਤਾਂ ਕਈ ਕਹਿੰਦੇ ਦੁਨੀਆ ਹੀ ਬੜੀ ਬੁਰੀ ਹੈ, ਦੁਨੀਆ ਮਾੜੀ ਬੜੀ ਹੈ, ਤਾਂ ਫਿਰ ਕਹਾਂਗੇ ਜੇ ਇਹਨਾਂ ਨੂੰ ਦੁਨੀਆ ਮਾੜੀ ਲੱਗਦੀ, ਦੁਨੀਆ ਮਾੜੀ ਨਹੀਂ ਹੈ ਤਾਂ ਫਿਰ ਕੀ ਹੈ? ਕਿਉਂਕਿ ਜਿਹਦੀ ਅੱਖ 'ਤੇ ਕਾਲਾ ਚਸ਼ਮਾ ਹੋਵੇ ਉਹਨੂੰ ਹਰ ਪਾਸੇ ਕੀ ਨਜ਼ਰ ਆਉਣਾ ਹੈ? ਜੇ ਬੰਦਾ ਕਹੇ ਆ ਸਾਰੇ ਪਾਸੇ ਕਾਲਾ ਹੀ ਕਾਲਾ ਨਜ਼ਰ ਆ ਰਿਹਾ ਹੈ ਤਾਂ ਫਿਰ ਇਹਦਾ ਮਤਲਬ ਕੀ ਹੈ? ਭਾਈ ਕਾਲਾ ਨਹੀਂ ਹੈ, ਤੇਰੀਆਂ ਅੱਖਾਂ 'ਤੇ ਚਸ਼ਮਾ ਹੀ ਕਾਲਾ ਲੱਗਿਆ ਹੋਇਆ ਹੈ। ਇਸ ਲਈ ਦੁਨੀਆ ਮਾੜੀ ਨਹੀਂ ਹੈ, ਅਗਰ ਤੈਨੂੰ ਮਾੜੀ ਨਜ਼ਰ ਆ ਰਹੀ ਹੈ ਤਾਂ ਇਹਦਾ ਮਤਲਬ ਕਿਤੇ ਤੇਰੀ ਸੋਚ ਹੀ ਮਾੜੀ ਹੈ। ਇਸ ਲਈ ਆਪਣੀ ਸੋਚ ਨੂੰ ਬਦਲ ਦੇਗਾ ਤਾਂ ਫਿਰ ਦੁਨੀਆ ਦੇ ਹਰ ਇਨਸਾਨ ਦੇ ਅੰਦਰੋਂ ਤੈਨੂੰ ਅੱਛਾਈ ਨਜ਼ਰ ਆਏਗੀ, ਕਿਉਂਕਿ ਹਰ ਇਨਸਾਨ ਨੂੰ ਬਣਾਉਣ ਵਾਲਾ ਉਹ ਭਗਵਾਨ, ਉਹ ਪਰਮਾਤਮਾ, ਉਹ ਇੱਕ ਹੈ ਔਰ ਉਹ ਕਦੀ ਬੁਰੀ ਚੀਜ਼ ਦਾ ਬਣਾ ਸਕਦਾ ਹੈ? ਜਿਸ ਤਰ੍ਹਾਂ ਹੁਣ ਜੇ ਬੰਦਾ ਕਹੇ ਜੇ ਪਰਮਾਤਮਾ ਨੇ ਹਰ ਇਨਸਾਨ ਨੂੰ ਬਣਾਇਆ ਤਾਂ ਇਨਸਾਨ ਅੰਦਰ ਕਮੀਆਂ ਕਿਉਂ ਹੈ? ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਪਰਮਾਤਮਾ ਸਾਨੂੰ ਜੀਵਨ ਦਿੰਦਾ ਹੈ, ਜ਼ਿੰਦਗੀ ਦਿੰਦਾ ਹੈ, ਪਰ ਇਹ ਜੀਵਨ ਨੂੰ ਬਿਹਤਰ ਅਸੀਂ ਆਪਣੀ ਮਿਹਨਤ ਨਾਲ ਹੀ ਬਣਾਉਣਾ ਹੈ। ਸਮਝਦੇ ਹੋ ਕਿ ਨਹੀਂ? ਹੁਣ ਜਿਹੜਾ ਇਨਸਾਨ ਮਿਹਨਤ ਕਰਦਾ ਹੈ, ਜਿਹੜਾ ਇਨਸਾਨ ਕੋਸ਼ਿਸ਼ ਕਰਦਾ ਹੈ, ਜਿੱਦਾਂ ਹੁਣ ਸਮਝ ਲਓ ਕਿ ਇੱਕ ਬੱਚਾ ਜਨਮ ਲੈਂਦਾ ਹੈ, ਹੁਣ ਜਨਮ ਸਾਰੇ ਬੱਚੇ ਲੈਂਦੇ ਆ ਪਰ ਇੱਕ ਬੱਚਾ ਜਨਮ ਲੈ ਕੇ ਬੜਾ ਅਫਸਰ ਬਣ ਜਾਂਦਾ ਹੈ, ਬੜੀ ਕੁਰਸੀ 'ਤੇ ਬਹਿੰਦਾ ਹੈ, ਤਾਂ ਦੂਜਾ ਬੱਚਾ ਨਸ਼ਿਆਂ 'ਚ ਪੈ ਕੇ ਹੋਸਪਿਟਲ ਦੇ ਬੈੱਡ 'ਤੇ ਲੇਟਾ ਹੁੰਦਾ ਹੈ, ਉਹ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਦਾਖਲ ਹੁੰਦਾ ਹੈ। ਹੁਣ ਬੱਚੇ ਨੇ ਜਨਮ ਇੱਕੋ ਹੀ ਰੂਪ 'ਚ ਲਿਆ ਪਰ ਇੱਕ ਦੀਆਂ ਆਦਤਾਂ ਅੱਛੀਆਂ ਸੀ, ਉਹਨੇ ਮਿਹਨਤ ਕੀਤੀ ਤਾਂ ਡਿਗਰੀਆਂ ਲੈ ਲਈਆਂ, ਤਾਂ ਦੂਜਾ ਬੁਰੇ ਸੰਗਤ 'ਚ ਬਹਿ ਗਿਆ, ਬੁਰੇ ਵਿਚਾਰਾਂ 'ਚ ਜਕੜਿਆ ਗਿਆ ਤਾਂ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਕੇ। ਯਾਨੀ ਇਹ ਤਾਂ ਦੱਸਣਾ ਕੀ ਚਾਹੁੰਦੇ ਕਿ ਈਸ਼ਵਰ ਸਾਨੂੰ ਜ਼ਿੰਦਗੀ ਦਿੰਦਾ ਹੈ, ਪਰ ਜੈਸੀ ਸਾਡੀ ਸੋਭਤ ਹੁੰਦੀ ਹੈ, ਜੈਸੇ ਸਾਡੇ ਕਰਮ ਹੁੰਦੇ ਹੈ, ਵੈਸਾ ਹੀ ਸਾਡਾ ਜੀਵਨ ਬਣਦਾ ਵੀ। ਇਸ ਲਈ ਅੱਜ ਤੋਂ ਅਸੀਂ ਇਹ ਫੈਸਲਾ ਲੈਣਾ ਹੈ ਕਿ ਜੇ ਉਸ ਪਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਜੀਵਨ ਦਿੱਤਾ, ਤਾਂ ਆਪਣੇ ਜੀਵਨ 'ਚ ਅਸੀਂ ਅੱਛੇ ਰੰਗ ਭਰਨੇ ਹੈ ਤਾਂ ਕਿ ਸਾਡਾ ਜੀਵਨ ਅੱਛਾ ਕਹਿ ਦਿਓ ਬਣ ਸਕੇ। ਕਿਉਂਕਿ ਇੱਕ ਮਹਾਨ ਚਿੱਤਰਕਾਰ ਹੋਏ ਆ ਪਿਕਾਸੋ, ਉਹਨਾਂ ਦੇ ਜੀਵਨ ਦੀ ਨਾ ਕਹਾਣੀ ਪੜ੍ਹੀ ਸੀ ਅਸੀਂ, ਜਿਹੜੀ ਸਾਨੂੰ ਬੜੀ ਪਿਆਰੀ ਲੱਗਦੀ ਹੈ। ਕਹਿੰਦੇ ਉਹ ਪਿਕਾਸੋ ਦੇ ਮਨ 'ਚ ਇੱਕ ਦਿਨ ਆਇਆ ਕਿ ਚਲੋ ਜੀ ਤਸਵੀਰ ਬਣਾਈਏ ਕੋਈ ਫਰਿਸ਼ਤੇ ਦੀ, ਦੇਵਦੂਤ ਦੀ ਤਸਵੀਰ ਬਣਾਈਏ। ਕਾਹਦੀ ਤਸਵੀਰ? ਕਿਸੇ ਦੇਵਦੂਤ ਦੀ ਤਸਵੀਰ ਬਣਾਈਏ। ਕਹਿੰਦੇ ਉਹ ਚਲਾ ਗਿਆ ਪਿਕਾਸੋ ਦੇਖਣ ਵਾਸਤੇ, ਕੋਈ ਐਸਾ ਇਨਸਾਨ ਮਿਲੇ, ਕੋਈ ਐਸੀ ਜਗ੍ਹਾ ਮਿਲੇ ਜਿੱਥੇ ਮੈਂ ਕਿਸੇ ਦੇਵਦੂਤ ਨੂੰ ਦੇਖਾਂ, ਯਾਨੀ ਕਿਸੇ ਐਸੇ ਇਨਸਾਨ ਨੂੰ ਦੇਖਾਂ ਜਿਹ 'ਚੋਂ ਫਰਿਸ਼ਤੇ ਦੀ ਝਲਕ ਮਿਲੇ, ਜਿਹ 'ਚੋਂ ਕਿਸੇ ਦੇਵਤਾ ਦੀ ਝਲਕ ਮਿਲੇ। ਕਿਉਂਕਿ ਦੁਨੀਆਂ 'ਤੇ ਬਹੁਤ ਇਨਸਾਨ ਐਸੇ ਆ ਜਿਹਨੂੰ ਦੇਖ ਕੇ ਬੰਦਾ ਕਹਿੰਦਾ ਲੈ ਵੀ ਇਹ ਤਾਂ ਭਗਵਾਨ ਦਾ ਹੀ ਰੂਪ ਹੈ। ਕਹਿੰਦੇ ਕਈ ਜਗ੍ਹਾ ਘੁੰਮਿਆ ਪਰ ਕੋਈ ਇਨਸਾਨ ਇੱਦਾਂ ਨਜ਼ਰ ਨਹੀਂ ਆਇਆ। ਫਿਰ ਘੁੰਮਦੇ ਘੁੰਮਦੇ ਇੱਕ ਦਿਨ ਇੱਦਾਂ ਦੇ ਛੋਟੇ ਜਿਹੇ ਨਗਰ 'ਚ ਏਰੀਏ 'ਚ ਗਿਆ ਜਿੱਥੇ ਇੱਕ ਨੌਜਵਾਨ ਬੱਕਰੀਆਂ ਚਾਰ ਰਿਹਾ ਸੀ, ਜਿਹਦੀ ਉਮਰ ਕੋਈ 16-17 ਸਾਲ ਦੀ ਸੀ। ਉਹ ਭੇਡਾਂ ਬੱਕਰੀਆਂ ਚਾਰ ਰਿਹਾ ਸੀ,
ਔਰ ਇੱਕ ਪੱਥਰ ਤੇ ਬੈਠਾ, ਇੱਕ ਪੱਥਰ ਤੇ ਬੈਠਾ, ਕਹਿੰਦੇ ਉਹ ਬੀਣਾ ਵਜਾ ਰਿਹਾ ਸੀ। ਉਹ ਸਿਤਾਰ ਹੁੰਦਾ ਨਾ ਹੱਥ 'ਚ ਫੜਿਆ, ਕੀ ਉਹਨੂੰ ਬੀਣਾ ਕਹਿੰਦੇ ਆ? ਚਲੋ ਸਮਝ ਗਏ ਨਾ ਤੁਸੀਂ, ਉਹ ਵਜਾ ਰਿਹਾ ਸੀ। ਤਾਂ ਕਹਿੰਦੇ ਜਦੋਂ ਪਿਕਾਸੋ ਨੇ ਦੇਖਿਆ ਤਾਂ ਮਨ 'ਚ ਆਇਆ ਵਾਹ, ਵਾਕਈ ਇਹਦੇ ਅੰਦਰੋਂ ਤਾਂ ਭਗਵਾਨ ਦੀ ਝਲਕ ਮਿਲ ਰਹੀ ਹੈ, ਕਿੰਨਾ ਮਾਸੂਮ ਬੱਚਾ, ਕਿੰਨਾ ਵਧੀਆ ਸੰਗੀਤ। ਕਹਿੰਦੇ ਤਸਵੀਰ ਉਹਦੀ ਬਣਾ ਦਿੱਤੀ ਔਰ ਥੱਲੇ ਲਿਖ ਦਿੱਤਾ ਭਗਵਾਨ ਦੀ ਤਸਵੀਰ। ਕੀ ਲਿਖ ਦਿੱਤਾ? ਭਗਵਾਨ ਦੀ ਤਸਵੀਰ। ਹੁਣ ਕਹਿੰਦੇ ਤਸਵੀਰ ਬਣਾ ਕੇ ਉਹ ਲੜਕੇ ਨੂੰ ਦਿਖਾਈ, ਦੇਖ ਲੜਕਾ ਬੜਾ ਖੁਸ਼ ਹੋਇਆ, ਮੇਰੀ ਤਸਵੀਰ ਬਣਾਈ ਹੈ, ਬੜੀ ਸੁੰਦਰ ਬਣੀ ਹੈ, ਬੜਾ ਖੁਸ਼ ਹੋਇਆ ਉਹ। ਤਾਂ ਫਿਰ ਪਿਕਾਸੋ ਚਲਾ ਗਿਆ, ਉਹ ਚਿੱਤਰਕਾਰ ਚਲਾ ਗਿਆ। ਫਿਰ ਕੁਛ ਸਾਲ ਗੁਜ਼ਰੇ, 15-20-25 ਸਾਲ ਗੁਜ਼ਰ ਗਏ। ਫਿਰ ਇੱਕ ਦਿਨ ਬੈਠੇ ਬੈਠੇ ਮਨ 'ਚ ਉਹ ਕਲਾਕਾਰ ਦੇ ਆਇਆ ਕਿ ਬਹੁਤ ਪਹਿਲਾਂ 20-25 ਸਾਲ ਪਹਿਲਾਂ ਮੈਂ ਭਗਵਾਨ ਦੀ ਤਸਵੀਰ ਬਣਾਈ ਸੀ, ਦੇਵਦੂਤ ਦੀ ਤਸਵੀਰ ਬਣਾਈ ਸੀ, ਹੁਣ ਦਿਲ ਕਰਦਾ ਜਾਂਦੇ ਜਾਂਦੇ ਸ਼ੈਤਾਨ ਦੀ ਤਸਵੀਰ ਵੀ ਬਣਾ ਦੇਵਾਂ, ਇਹਦੀ ਤਸਵੀਰ ਬਣਾਵਾਂ, ਸ਼ੈਤਾਨ ਦੀ ਤਸਵੀਰ ਵੀ ਬਣਾ ਦੇਵਾਂ। ਹੁਣ ਕਹਿੰਦੇ ਹੈ ਕਿ ਉਹਨਾਂ ਦੇ ਮਨ 'ਚ ਕੀ, ਕਲਾਕਾਰ ਦੇ ਮਨ 'ਚ ਖਿਆਲ ਆਇਆ ਕਿ ਪਹਿਲਾਂ ਤਾਂ ਇੱਕ ਉਹ ਨੌਜਵਾਨ ਮਿਲਿਆ ਸੀ ਜਿਹਦੇ ਅੰਦਰੋਂ ਭਗਵਾਨ ਦੀ ਝਲਕ ਮਿਲੀ ਸੀ ਤਾਂ ਉਹਦੀ ਤਸਵੀਰ ਬਣਾਈ, ਹੁਣ ਮੈਂ ਇੱਦਾਂ ਦੇ ਇਨਸਾਨ ਨੂੰ ਤਲਾਸ਼ ਕਰਾਂ ਜਿਹਦੇ ਅੰਦਰੋਂ ਸ਼ੈਤਾਨ ਦੀ ਝਲਕ ਮਿਲੇ, ਜਿਹਨੂੰ ਦੇਖ ਕੇ ਮੈਂ ਸ਼ੈਤਾਨ ਦੀ ਤਸਵੀਰ ਬਣਾ ਸਕਾਂ। ਤਾਂ ਮਨ 'ਚ ਕੀ ਖਿਆਲ ਆਇਆ ਕਿ ਸ਼ੈਤਾਨ ਬੰਦੇ ਨੂੰ ਲੱਭਣ ਵਾਸਤੇ ਨਗਰਾਂ ਸ਼ਹਿਰਾਂ 'ਚ ਜਾਣ ਦੀ ਲੋੜ ਨਹੀਂ, ਸ਼ਹਿਰ ਦੀਆਂ ਜੇਲ੍ਹਾਂ 'ਚ ਜਾਵਾਂ, ਕਿਉਂਕਿ ਜੇਲ੍ਹਾਂ ਵਿੱਚ ਕੈਦੀ ਕੈਦ ਹੁੰਦੇ ਹੈ, ਤਾਂ ਜਿਹੜੇ ਕੈਦੀ ਹੁੰਦੇ ਖੂੰਖਾਰ ਕੈਦੀ ਕਾਤਿਲ, ਉਹਨਾਂ ਅੰਦਰੋਂ ਸ਼ੈਤਾਨ ਦੀ ਝਲਕ ਮਿਲਦੀ ਹੈ। ਇਸ ਲਈ ਕਹਿੰਦੇ ਹੈ ਉਹ ਕਲਾਕਾਰ ਇੱਕ ਜੇਲ੍ਹ 'ਚ ਗਿਆ ਤਾਂ ਜੇਲਰ ਨੂੰ ਜਾ ਕੇ ਮਿਲਿਆ ਕਿ ਮੈਂ ਇੱਕ ਸ਼ੈਤਾਨ ਦੀ ਤਸਵੀਰ ਬਣਾਉਣੀ, ਕਿ ਤੁਹਾਡੀ ਜੇਲ੍ਹ 'ਚ ਕੋਈ ਐਸਾ ਖੂੰਖਾਰ ਕੈਦੀ ਹੈ ਕਿ ਜਿਹਨੂੰ ਦੇਖ ਕੇ ਜਾਨਵਰ ਦੀ ਝਲਕ ਮਿਲਦੀ ਹੋਵੇ, ਸ਼ੈਤਾਨ ਦੀ ਝਲਕ ਮਿਲਦੀ ਹੋਵੇ, ਉਹਦੀ ਸ਼ਕਲ 'ਚੋਂ ਇੱਦਾਂ ਦੀ ਖੂੰਖਾਰਤਾ ਹੋਵੇ ਕਿ ਦੇਖ ਕੇ ਲੱਗੇ ਸ਼ੈਤਾਨ ਹੈ? ਉਹ ਕਹਿੰਦੇ ਜੀ ਹੈ, ਆ ਕੁਛ ਸਾਲ ਪਹਿਲਾਂ ਕਾਤਲ ਫੜਿਆ ਸੀ ਜਿਹਨਾਂ ਕਈ ਕਤਲ ਕੀਤੇ, ਇੰਨਾ ਖੂੰਖਾਰ ਕਿ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਹੈ, ਸਮਝਣਾ ਜ਼ਰਾ। ਇਸ ਲਈ ਹੁਣ ਕੁਛ ਦਿਨ ਰਹਿ ਗਏ ਹੈ, ਆ ਉਹ ਤੁਹਾਨੂੰ ਉਹਦੇ ਨਾਲ ਮਿਲਾ ਦਿੰਦੇ ਹਾਂ। ਕਹਿੰਦੇ ਹੈ ਜਦੋਂ ਉਹ ਕਲਾਕਾਰ ਗਿਆ ਔਰ ਉਸ ਖੂੰਖਾਰ ਕੈਦੀ ਨੂੰ ਦੇਖਿਆ ਕਿ ਜਿਹਨੂੰ ਬੇੜੀਆਂ ਜਕੜਿਆ ਗਿਆ ਹੈ,